ਚਲ ਚੜਦੀ ਕਲਾ ਦੇ ਵਿੱਚ ਸੋ ਵੈਲਕਮ ਟੂ ਲਾਸਟ ਲਾਈਵ ਲਾਸਟ ਲਾਈਵ ਗਿਆ ਜੀ ਨਵੰਬਰ ਦੇ ਮਹੀਨੇ ਦਾ ਸੁਵਾਨ ਮੰਥ ਰਹਿ ਗਿਆ ਆਜਣਾ 2024 ਤੇ ਹੋਫਫੁਲੀ ਤੁਸੀਂ ਆਪਣੇ ਆਪ ਨੂੰ 2024 ਦੇ ਲਈ ਪ੍ਰੇਪੇਅਰ ਕਰ ਰਹੇ ਹੋਣੇ ਆ ਕੁਛ ਨਾ ਕੁਛ ਗੇਮ ਪਲਾਨ ਕਰ ਰਹੇ ਹੋਗੇ ਕਿ 2024 ਦੇ ਵਿੱਚ ਕੀ ਕਰਨਾ ਡਿਫਰੈਂਟ ਹੈ ਜੇ ਟਰੇਡਿੰਗ ਦੇ ਵਿੱਚ ਫੁੱਲ ਟਾਈਮ ਆਉਣਾ ਤੇ ਹੋਫਫੁਲੀ ਤੁਹਾਡਾ ਥੋੜਾ ਜਿਹਾ ਸੀਰੀਅਸ ਲਰਨਿੰਗ ਵੱਲ ਧਿਆਨ ਹੋਇਆ ਹੋਊਗਾ ਟਰੇਡਿੰਗ ਜਰਨਲ ਬਣਾ ਰਹੇ ਹੋਗੇ ਐਵਰੀ ਵੀਕਐਂਡ ਤੇ ਉਹਨੂੰ ਰਿਵਿਊ ਵੀ ਕਰ ਰਹੇ ਹੋਣੇ ਆ ਤੇ ਨਾਲ ਦੀ ਨਾਲ ਚਾਰਟ ਲਰਨਿੰਗ ਤੇ ਬ੍ਰੋਕਰ ਲਰਨਿੰਗ ਤੇ ਸਾਰੀਆਂ ਚੀਜ਼ਾਂ ਦੇ ਫੋਕਸ ਹੋਊਗਾ ਤੇ ਜੇ ਕੰਮ ਨਹੀਂ ਕਰ ਰਿਹਾ ਤੇ ਜਿੱਦਾਂ 2023 ਦੇ ਵਿੱਚ ਪਾਰਟ ਟਾਈਮ ਟਰੇਡਿੰਗ ਕਰਕੇ ਆਪਾਂ ਘਾਟੇ-ਕੂਟੇ ਖਾਦੇ ਆ ਕਦੀ ਪ੍ਰੋਫਿਟ ਬਣ ਗਿਆ ਕਦੀ ਘਾਟਾ ਖਾ ਗਿਆ ਸੋ ਉਹੀ ਸਰਕਲ ਚੱਲਦਾ ਰਹਿਣਾ ਜੀ ਸੋ ਚੇਂਜ ਨਹੀਂ ਹੋਣਾ ਸੋ ਚੇਂਜ ਕਰ ਲਈ ਤੁਹਾਨੂੰ ਕੀ ਹੈ ਕਿ ਕੁਝ ਨਾ ਕੁਛ ਆਪ ਜੋ ਕਰਦੇ ਉਹਨੂੰ ਚੇਂਜ ਕਰਨਾ ਪੈਣਾ ਤੇ ਉਹ ਆਪ ਚੇਂਜ ਕੀ ਕਰਨਾ ਟਰੇਡਿੰਗ ਜਰਨਲ ਬਣਾਓ ਉਹਨੂੰ ਰਿਵਿਊ ਕਰੋ ਐਵਰੀ ਵੀਕਐਂਡ ਤੇ ਚਾਰਟ ਸਿੱਖੋ ਥੋੜਾ ਜਿਹਾ ਮਾਰਕੀਟ ਦੇ ਨਾਲ ਜਿਆਦਾ ਅਪ ਟੂ ਡੇਟਾ ਹੋ ਥੋੜਾ ਜਿਹਾ ਸੀਰੀਅਸ ਹੋ ਇਹ ਨਹੀਂ ਕਿ ਹਾਂ ਤੁੱਕਾ ਲੱਗ ਗਿਆ ਅੱਜ ਦਿਨ ਨਹੀਂ ਲੱਗਾ ਕੋਈ ਚੱਕਰ ਨਹੀਂ ਆ ਸੋ ਜੇ ਕੋਈ ਗਲਤੀ ਕਰਦੇ ਆ ਤੇ ਉਤੋਂ ਲਰਨ ਕਰਨ ਦੀ ਟਰਾਈ ਕਰੋ 올 ਦਾ ਟਾਈਮ ਤੇ ਜੇ ਨਹੀਂ ਕੋਈ ਚੀਜ਼ ਪਤਾ ਲੱਗਦੀ ਤੇ ਹੈਲਪ ਇਜ਼ ਆਲਵੇਸ देयर ਕੁਐਸਚਨ ਪੁੱਛ ਸਕਦੇ ਆ ਟੈਲੀਗ੍ਰਾਮ ਗਰੁੱਪ ਦੇ ਵਿੱਚ ਪੁੱਛ ਸਕਦੇ ਆ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਆ ਸੋ ਜੇ ਕੋਈ ਕੁਐਸਚਨ ਹੁੰਦਾ ਤਾਂ ਬਟ ਇਹ ਆ ਕਿ ਯੂ ਨੀਡ ਟੂ ਅਪਰੋਚ ਯੂ ਨੀਡ ਟੂ ਸਟੈਪ ਅਪ ਤੁਹਾਨੂੰ ਥੋੜਾ ਜਿਹਾ ਮੋਰ ਰਿਸਪੌਂਸਿਬਿਲਟੀ ਲੈਣੀ ਪੈਣੀ ਆ ਫੇਰੀ ਗੱਲ ਬਣਦੀ ਆ ਉੱਗਣ ਵਾਲੇ ਉੱਗ ਜਾਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਇਦਾਂ ਕਰਦੇ ਹੁੰਦੇ ਨੇ ਨਾ ਸੋ ਇਹ ਵਾਲਾ ਮੋਟੀਵੇਸ਼ਨ ਤੁਹਾਨੂੰ ਚੱਕਣਾ ਪੈਣਾ ਜੀ ਸੋ ਇੰਨੇ ਮੋਟੀਵੇਸ਼ਨ ਦੇ ਵਿੱਚ ਵੀ ਨਹੀਂ ਆਉਣਾ ਇਕੱਲੇ ਦੇ ਵਿੱਚ ਬਟ ਇਹ ਹੈ ਕਿ ਫੋਕਸ ਕਰਨਾ ਤੁਹੀਂ ਤੇ ਫੋਕਸ ਕਰਨਾ ਲਰਨਿੰਗ ਦੇ ਉੱਪਰ ਕਿਉਂਕਿ ਟਰੇਡਿੰਗ ਜਿਹੜੀ ਆ ਇਟਸ ਨਾਟ ਅਬਾਊਟ ਮੋਟੀਵੇਸ਼ਨ ਟਰੇਡਿੰਗ ਮੋਟੀਵੇਸ਼ਨ ਦੇ ਨਾਲ ਨਹੀਂ ਹੁੰਦੀ ਟਰੇਡਿੰਗ ਹੁੰਦੀ ਹੈ ਪ੍ਰੈਜ਼ੈਂਸ ਆਫ ਮਾਈਂਡ ਦੇ ਨਾਲ ਜਿੰਨਾ ਤੁਹਾਡਾ ਪ੍ਰੈਜ਼ੈਂਸ ਆਫ ਮਾਈਂਡ ਆ ਜਿੰਨਾ ਤੁਸੀਂ ਗੱਲਬਾਤ ਨੂੰ ਸਮਝ ਰਹੇ ਹੋ ਠੀਕ ਹੈ ਤੇ ਇੰਪਲੀਮੈਂਟ ਕਰ ਰਹੇ ਹੋ ਆਪਣੇ ਆਪ ਨੂੰ ਇੰਪਰੂਵ ਕਰ ਰਹੇ ਹੋ ਮਿਸਟੇਕਸ ਅਵੋਇਡ ਕਰ ਰਹੇ ਆ ਸਮਝ ਕੇ ਕਿ ਆ ਗਲਤੀਆਂ ਘਾਟਾ ਪਾ ਰਹੀਆਂ ਤੇ ਉਹਨਾਂ ਹੀ ਤੁਹਾਡੀ ਜਿਹੜੀ ਟਰੇਡਿੰਗ ਆ ਉਹ ਇੰਪਰੂਵ ਹੋਣੀ ਆ ਟਰੇਡਿੰਗ ਮੋਟੀਵੇਸ਼ਨ ਦੇ ਨਾਲ ਕਦੀ ਨਹੀਂ ਹੁੰਦੀ ਕਿ ਚੱਕ ਲੋ ਚੱਕ ਲੋ ਚੱਕ ਲੋ ਦੇ ਨਾਲ ਘਾਟਾ ਹੀ ਪੈਂਦਾ ਆ ਸੋ ਉਸ ਚੀਜ਼ ਤੇ ਨਹੀਂ ਜਾਣਾ ਤੁਸੀਂ ਗੱਲਬਾਤ ਕਰਦੇ ਆ ਲਾਸਟ ਵੀਕ ਦੇ ਵਿੱਚ ਕੀ ਹੋਇਆ ਸੀ ਮਾਰਕੀਟ ਦੇ ਵਿੱਚ ਤੇ ਨੈਕਸਟ ਵੀਕ ਦੇ ਵਿੱਚ ਕੀ ਹੋਣ ਜਾ ਰਿਹਾ ਕਿਹੜੇ ਕਿਹੜੇ ਈਵੈਂਟ ਆ ਰਹੇ ਆ ਜਿੱਥੇ ਤੁਸੀਂ ਜਿਨ੍ਹਾਂ ਨੂੰ ਟ੍ਰੇਡ ਕਰ ਸਕਦੇ ਆ ਕਿਹੜੇ ਕਿਹੜੇ ਸਟਾਕ ਟ੍ਰੇਡ ਕਰ ਸਕਦੇ ਆ ਜੇ ਕੋਈ ਤੁਹਾਡਾ ਕੁਐਸਚਨ ਹੈਗਾ ਕਿਸੇ ਸਟਾਕ ਦੇ ਰਿਲੇਟਡ ਤਾਂ ਉਹ ਤੁਸੀਂ ਪੁੱਛ ਲਿਓ ਤੇ ਇੱਕ ਮਾੜਾ ਜਿਹਾ ਬੰਦਾ ਕੋਈ ਇਦਾਂ ਕਰ ਦਿਓ ਮਿਹਰਬਾਨੀ ਕਿ ਜਿਹੜਾ ਆਪਣਾ ਲਿੰਕਾ YouTube ਦਾ ਮੈਂ ਸ਼ੇਅਰ ਕਰਨਾ ਗਰੁੱਪ ਦੇ ਵਿੱਚ ਭੁੱਲ ਗਿਆ ਤੇ ਜੇ ਫੋਨ ਤੇ ਲਾਈਵ ਵਾਚ ਕਰ ਰਹੇ ਹੋ ਤੇ ਮਾੜਾ ਜਿਹਾ ਥੱਲੇ ਸ਼ੇਅਰ ਤੇ ਕਲਿੱਕ ਕਰਕੇ ਕਾਪੀ ਕਰਕੇ ਤੇ ਉਹਨੂੰ ਆਪਣੇ ਟੈਲੀਗ੍ਰam ਗਰੁੱਪ ਦੇ ਵਿੱਚ ਸ਼ੇਅਰ ਕਰ ਦਿਓ ਕਈ ਬੰਦੇ ਵੇਟ ਕਰਦੇ ਹੋਣੇ ਆ ਉਹਨਾਂ ਨੂੰ ਲੱਭਦਾ ਨਹੀਂ ਸੋ ਜੇ ਕੋਈ ਫੋਨ ਤੇ ਵਾਚ ਕਰ ਰਿਹਾ ਤਾਂ ਇੰਨੀ ਕੁ ਮਿਹਰਬਾਨੀ ਜ਼ਰੂਰ ਕਰ ਦਿਓ ਕਿ ਗਰੁੱਪ ਦੇ ਵਿੱਚ ਲਿੰਕ ਸ਼ੇਅਰ ਕਰ ਦਿਓ ਲਾਈਵ ਚੱਲਦਿਆਂ ਚੱਲਦਿਆਂ ਸੋ ਗੱਲਬਾਤ ਕਰਦੇ ਆਂ ਜੀ ਕੀ ਹੋਇਆ ਸੀ ਲਾਸਟ ਵੀਕ ਦੇ ਵਿੱਚ ਲਾਸਟ ਵੀਕ ਦੇ ਵਿੱਚ ਇੱਕੋ ਇੱਕ ਵੱਡੀ ਨਿਊਜ਼ ਸੀ ਜੀ ਉਹ ਕਿਹੜੀ ਸੀ ਫੈਡ ਮਿਨਟ ਸੋ ਫੈਡ ਮਿਨਟ ਆਏ ਜਿਹੜੇ ਉਹਦੇ ਵਿੱਚ ਉਹਨਾਂ ਨੇ ਉਹੀ ਜਿਹੜੀ ਆਪਾਂ ਆਲਵੇਸ ਗੱਲਬਾਤ ਕਰਦੇ ਹੁੰਨੇ ਆਂ ਕਿ ਅੰਕਲ ਕੀ ਕਰਦੇ ਆ ਕਿ ਕਦੀ ਵੀ ਪ੍ਰੋਪਰ ਨਹੀਂ ਦੱਸਦੇ ਕਿ ਮੈਂ ਆਹ ਕਰਨਾ ਠੀਕ ਆ ਸੋ ਆਲਵੇਸ ਕੀ ਕਹਿੰਦੇ ਆ ਕਿ ਜਿਹੜਾ ਨੈਕਸਟ ਡਾਟਾ ਆਊਗਾ ਉਹਦੇ ਤੇ ਡਿਪੈਂਡ ਹੁੰਦਾ ਕਿ ਆਪਾਂ ਇੰਟਰਸਟ ਰੇਟ ਹਾਈਕ ਕਰਦੇ ਆ ਜਾਂ ਨਹੀਂ ਕਰਦੇ ਸੋ ਨੈਕਸਟ ਡਾਟਾ ਇੱਕ ਹੋਰ ਆ ਰਿਹਾ ਜੀ ਨੈਕਸਟ ਵੀਕ ਦੇ ਵਿੱਚ ਜਿਹੜਾ ਥੋੜਾ ਜਿਹਾ ਆਪਾਂ ਨੂੰ ਇੱਕ ਇੰਡੀਕੇਸ਼ਨ ਦਊਗਾ ਕਿ ਕੀ ਇੰਟਰਸਟ ਰੇਟ ਹਾਈਕ ਆਉਂਦੀ ਆ ਜਾਂ ਨਹੀਂ ਆਉਂਦੀ ਸੋ ਉਹਨਾਂ ਨੇ ਇਹੀ ਕਿਹਾ ਸੀ ਕਿ ਇੱਕ ਰੇਟ ਹਾਈਕ ਹੋਰ ਆ ਸਕਦੀ ਆ ਬਟ ਉਹ ਪੱਕਾ ਨਹੀਂ ਸੀ ਕਿ ਆਉਣੀ ਆ ਜਾਂ ਨਹੀਂ ਆਉਣੀ ਇਟ ਵਾਸ 올 ਅਬਾਊਟ ਕੇ ਕਿ ਇਨਫਲੇਸ਼ਨ ਘਟਦੀ ਆ ਜਾਂ ਨਹੀਂ ਘਟਦੀ ਸੋ ਇਨਫਲੇਸ਼ਨ ਆਪਾਂ ਕੀ ਦੇਖਿਆ ਕਿ ਸੀਪੀਆਈ ਡਾਟਾ ਐਕਸਪੈਕਟੇਸ਼ਨ ਤੋਂ ਘਟ ਆਇਆ ਸੀ ਯਾਨੀ ਕਿ ਇਨਫਲੇਸ਼ਨ ਘਟੀ ਹੋਈ ਆ ਸੋ ਉਹ ਫੈਡ ਮਿਨਟ ਦੇ ਵਿੱਚ ਇਹੀ ਸਾਰੀ ਗੱਲਬਾਤ ਸੀ ਹੁਣ ਨੈਕਸਟ ਵੀਕ ਦੇ ਵਿੱਚ ਵੀ ਇੱਕ ਇਨਫਲੇਸ਼ਨ ਡਾਟਾ ਆ ਰਿਹਾ ਜੀ ਸੌਰੀ ਇਨਫਲੇਸ਼ਨ ਡਾਟੇ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਇਸ ਚੀਜ਼ ਦੀ ਸੋ ਨੈਕਸਟ ਵੀਕ ਦੇ ਵਿੱਚ ਦਿਸ ਟੌਏ ਸੋ ਜਿਹੜੇ ਅਮੀਰ ਲੋਕੀ ਹੁੰਦੇ ਆ ਜੀ ਉਹ ਆਪਣੀਆਂ ਗੱਡੀਆਂ ਨੂੰ ਟੌਏ ਕਹਿੰਦੇ ਆ ਸੋ ਦਿਸ ਟੌਏ ਇਜ਼ ਕਮਿੰਗ ਆਊਟ ਸੋ ਸਾਈਬਰ ਟਰੱਕ ਡਿਲੀਵਰ ਕਰਨਗੇ ਟੈਸਲਾ ਵਾਲੇ ਨੈਕਸਟ ਵੀਕ ਥਰਸਡੇ ਨੂੰ ਸ਼ਾਮ ਨੂੰ ਸੋ ਦੇਖਦੇ ਹਾਂ ਉਹਦੇ ਨਾਲ ਟੈਸਲਾ ਦੇ ਸਟਾਕ ਤੇ ਕੀ ਅਸਰ ਹੁੰਦਾ ਆ ਸੋ ਥੋੜੀ ਪੋਜੀਸ਼ਨ ਬਣਾਈ ਹੋਈ ਆ ਕਾਲਸ ਦੇ ਵਿੱਚ ਮੈਨੂੰ ਲੱਗਦਾ ਤੁਹਾਡੇ ਚੋਂ ਵੀ ਜਿਹੜੇ ਮੇਰੇ ਸਰੂਤੇ ਨੇ ਸੁਣ ਰਹੇ ਆ ਸੋ ਉਹਨਾਂ ਨੇ ਵੀ ਕਈਆਂ ਨੇ ਪੋਜੀਸ਼ਨ ਬਣਾਈ ਹੋਣੀ ਆ ਟੈਸਲਾ ਦੇ ਵਿੱਚ ਕਾਲ ਦੇ ਵਿੱਚ ਜਾਂ ਟੈਸਲਾ ਦੇ ਸਟਾਕ ਲਏ ਆ ਸਾਈਬਰ ਟਰੱਕ ਦੇ ਕਰਕੇ ਕੀ ਇਹ ਟੌਏ ਆ ਰਿਹਾ ਤੇ ਟੌਏ ਕਰਕੇ ਆਪਾਂ ਨੂੰ ਸ਼ਾਇਦ ਪੈਸੇ ਬਣ ਜਾਣਗੇ ਸੋ ਦੇਖੋ ਛੋਟੇ ਹੁੰਦੇ ਆ ਆਪਾਂ ਟੌਏ ਦੀ ਲਈ ਰੋਂਦੇ ਹੁੰਦੇ ਸੀ ਤੇ ਟੌਏ ਮਹਾ ਮਿਲਦੇ ਹੁੰਦੇ ਸੀ ਐਦਕੀ ਇਹ ਟੌਏ ਆਪਾਂ ਨੂੰ ਹੈਲਪ ਕਰਦਾ ਕਿ ਨਹੀਂ ਕਰਦਾ ਦੇਖਦੇ ਆ ਤੇ ਜਦੋਂ ਉਹਦੋਂ ਟੌਏ ਟੁੱਟ ਜਾਂਦਾ ਸੀ ਫਿਰ ਵੀ ਤੁਸੀਂ ਰੋਂਦੇ ਹੁੰਦੇ ਹੁੰਦੇ ਕਿ ਮੇਰਾ ਟੌਏ ਟੁੱਟ ਗਿਆ ਤੇ ਇਹ ਵਾਲਾ ਟੋਇ ਦੇਖਦੇ ਹਾਂਗੇ ਆਪਣੀ ਕਿੰਨੀ ਕ ਹੈਲਪ ਕਰਦਾ ਪੈਸੇ ਬਣਾਉਣ ਦੇ ਵਿੱਚ ਸੋ ਪੀਸੀਈ ਡਾਟਾ ਆਉਣਾ ਜੀ ਥਰਸਡੇ ਨੂੰ ਸੋ ਥਰਸਡੇ ਨੂੰ ਦੋ ਇਵੈਂਟ ਨੇ ਇੱਕ ਮਾਰਨਿੰਗ ਦੇ ਵਿੱਚ ਇਵੈਂਟ ਆ ਇੱਕ ਆਫਟਰਨੂਨ ਚ ਮਾਰਨਿੰਗ ਚ ਇਵੈਂਟ ਆ ਪੀਸੀਈ ਡਾਟਾ ਪਰਸਨਲ ਕੰਜ਼ਮਪਸ਼ਨ ਐਕਸਪੈਂਡੀਚਰ ਕਿ ਜਿਹੜੇ ਲੋਕੀ ਪੈਸਾ ਲਾ ਰਹੇ ਨੇ ਬੇਸਿਕਲੀ ਆਪਣੀ ਜੇਬ ਚੋਂ ਪੈਸਾ ਜਾ ਰਿਹਾ ਜਿਹੜੇ ਕੰਜ਼ਿਊਮਰ ਆ ਠੀਕ ਹੈ ਸੋ ਉਹਨਾਂ ਦਾ ਜਿਹੜਾ ਖਰਚਾ ਆ ਜੀ ਉਹ ਵਧਿਆ ਜਾਂ ਘਟਿਆ ਜਾਂ ਉਹਨਾਂ ਦੇ ਜਿਹੜਾ ਖਰਚਾ ਹੋ ਰਿਹਾ ਉਸ ਬੇਸ ਤੇ ਮਹਿੰਗਾਈ ਵਧੀਆ ਜਾਂ ਘਟੀਆ ਸੋ ਉਹ ਚੀਜ਼ ਦੀ ਗੱਲਬਾਤ ਹੋਣੀ ਆ ਸੋ ਉਹ ਡਾਟਾ ਦੇਖਦੇ ਆ ਕਿ ਕੀ ਫੇਰ ਐਕਸਪੈਕਟੇਸ਼ਨ ਤੋਂ ਘੱਟ ਆਉਂਦਾ ਐ ਐਕਸਪੈਕਟੇਸ਼ਨ ਜਿੰਨਾ ਹੀ ਆਉਂਦਾ ਜਾਂ ਵੱਧ ਆਉਂਦਾ ਸੋ ਜੇ ਐਕਸਪੈਕਟੇਸ਼ਨ ਜਿੰਨਾ ਹੀ ਆਉਂਦਾ ਜਾਂ ਘੱਟ ਆਉਂਦਾ ਆ ਸੋ ਦੈਟ ਵਿਲ ਬੀ ਵੈਰੀ ਗੁੱਡ ਉਹਦੇ ਨਾਲ ਮਾਰਕੀਟ ਨੂੰ ਇੱਕ ਬੂਸਟ ਮਿਲੂਗਾ ਇਹ ਸੋਚਦੇ ਹੋਏ ਕਿ ਜਿਹੜੀ ਨੈਕਸਟ ਇੰਟਰਸਟ ਰੇਟ ਹਾਈਕਾ ਉਹ ਨਹੀਂ ਆਉਣੀ ਬਟ ਜੇ ਉਹ ਜ਼ਿਆਦਾ ਆ ਜਾਂਦਾ ਆ ਤੇ ਫਿਰ ਮਾਰਕੀਟ ਦੇ ਵਿੱਚ ਡ੍ਰੌਪ ਆਪਨ ਦੇਖਣ ਸਕਦੇ ਦੇਖਣ ਨੂੰ ਮਿਲ ਸਕਦਾ ਉਹਦਾ ਇਹੀ ਕਾਰਨ ਹੋਊਗਾ ਕਿ ਸ਼ਾਇਦ ਜਿਹੜੀ ਨੈਕਸਟ ਇੰਟਰਸਟ ਰੇਟ ਹਾਈਕਾ ਇੱਕ ਉਹ ਆ ਜੇ ਹੋਰ ਸੋ so, PCE ਡਾਟਾ ਥਰਸਡੇ ਮਾਰਨਿੰਗ ਧਿਆਨ ਦੇ ਨਾਲ ਸੋ ਮੰਡੇ ਟਿਊਸਡੇ ਵੈਂਸਡੇ ਮਾਰਕੀਟ ਦੇ ਵਿੱਚ ਕੁਝ ਖਾਸ ਨਹੀਂ ਹੈਗਾ ਕੋਈ ਬਿਗ ਇਵੈਂਟ ਨਹੀਂ ਹੈਗੇ ਹਾਂ ਫੈਡ ਸਪੀਕਰਾਂ ਨੇ ਬੋਲਣਾ ਹੇਰ ਐਂਡ ਦੇਰ ਕਦੀ ਕਿਸੇ ਮੀਟਿੰਗ ਦੇ ਬਟ ਉਹ ਕੋਈ ਇੰਨਾ ਵੱਡਾ ਨਹੀਂ ਹੈਗਾ ਕਿ ਕੋਈ ਅੰਕਲ ਜੇਰਮ ਪਾਲ ਨੇ ਬੋਲਣਾ ਜਾਂ ਉਹਨਾਂ ਨੇ ਨਹੀਂ ਸੋ ਕੋਈ ਸਟੇਟ ਦੇ ਜਿਹੜੇ ਹੁੰਦੇ ਆ ਯੂ ਐਸ ਦੇ ਵਿੱਚ ਸੋ ਉਹਨਾਂ ਨੇ ਬੋਲਣਾ ਸੋ ਉਹਦੇ ਨਾਲ ਇੰਨਾ ਮਾਰਕੀਟ ਦੇ ਉੱਪਰ ਅਸਰ ਨਹੀਂ ਪੈਂਦਾ ਅਨਲੈਸ ਕੋਈ ਹੋਰ ਜਿਹੜੀ ਅਨਐਕਸਪੈਕਟਿਡ ਨਿਊਜ਼ ਆ ਜੇ ਉਹਨੂੰ ਆਪਾਂ ਕਹਿ ਨਹੀਂ ਸਕਦੇ ਬਟ ਫੋਰ ਨਾਓ ਕੋਈ ਇਦਾਂ ਦਾ ਇਵੈਂਟ ਹੈ ਨਹੀਂ ਕਿ ਜਿਹੜਾ ਮਾਰਕੀਟ ਦੇ ਉੱਪਰ ਬਾਲਾ ਜ਼ਿਆਦਾ ਅਸਰ ਪਾ ਦੇ ਸੋ ਮੈਨੂੰ ਇਹੀ ਲੱਗਦਾ ਕਿ ਜਿੱਦਾਂ ਆਪਾਂ ਲਾਸਟ 2 ਵੀਕ ਤੋਂ ਦੇਖ ਰਹੇ ਹਾਂ ਕਿ ਮਾਰਕੀਟ ਕੀ ਕਰਦੀ ਆ ਜੇ ਤੁਸੀਂ QQ ਸਪਾਈ ਨੂੰ ਟ੍ਰੇਡ ਕਰ ਰਹੇ ਹੋ ਇਫ ਯੂ ਆਰ ਟ੍ਰੇਡਿੰਗ ਐਨੀ ਸਟਾਕ ਆਉ ਡਿਫਰੈਂਟ ਚੀਜ਼ ਆ ਬਟ ਜੇ QQ ਤੇ ਸਪਾਈ ਦੀਆਂ ਆਪਸ਼ਨਾਂ ਵਗੈਰਾ ਟ੍ਰੇਡ ਕਰ ਰਹੇ ਆ ਟ੍ਰੇਡ ਕਰ ਰਹੇ ਆ ਤੇ ਉਹਦੇ ਵਿੱਚ ਕੀ ਹੋ ਰਿਹਾ ਕਿ ਮਾਰਕੀਟ ਦਿਨੇ ਘੰਟਾ ਘੰਟਾ ਉੱਥੇ ਖੜ ਜਾਂਦੀ ਆ ਸੋ ਮਾੜਾ ਜਿਹਾ ਇੱਕ ਅੱਧੀ ਲੈਗ ਬਣਦੀ ਆ ਸਪੀਡ ਵਾਲੀ ਮਾਰਨਿੰਗ 'ਚ ਇੱਕ ਅੱਧੀ ਆਫਟਰਨੂਨ ਦੇ ਵਿੱਚ ਉਹਦਾ ਕਾਰਨ ਇਹ ਹੈ ਕਿ ਸਟਾਕ ਜਿਹੜੇ ਨੇ ਬਹੁਤ ਜ਼ਿਆਦਾ ਪੀਕ ਤੇ ਪਹੁੰਚੇ ਹੋਏ ਆ ਉਹਨਾਂ 'ਚ ਆਲਰੇਡੀ ਬਹੁਤ ਜ਼ਿਆਦਾ ਪੈਸਾ ਪ ਤੇ ਹੁਣ ਕੋਈ ਵੀ ਇਹ ਨਹੀਂ ਕੋਸ਼ਿਸ਼ ਕਰ ਰਿਹਾ ਕਿ ਮੈਂ ਹੋਰ ਪੈਸਾ ਪਾ ਦਾਂ ਸੋ ਸਾਰੇ ਇਹੀ ਦੇਖ ਰਹੇ ਆ ਕਿ ਨੈਕਸਟ ਜਿਹੜਾ ਫੈਡ ਦਾ ਇੱਕ ਫੈਟ ਦਾ ਡਿਸੀਜਨ ਆ ਇਸイヤー ਐਂਡ ਤੋਂ ਪਹਿਲਾਂ ਪਹਿਲਾਂ ਕਿ ਕੀ ਰੇਟ ਹਾਈਕ ਹੋਉਂਦੀ ਆ ਜਾਂ ਨਹੀਂ ਹੁੰਦੀ ਜੇ ਹੁੰਦੀ ਆ ਤੇ ਉਹ ਵੀ ਕੋਈ ਗੱਲ ਨਹੀਂ ਬਾਅਦ ਦੇ ਵਿੱਚ ਇਹੀ ਆ ਕਿ ਕੀ ਇਹ ਲਾਸਟ ਇੰਟਰਸਟ ਰੇਟ ਹਾਈਕ ਹੈ ਇਸ ਤੋਂ ਬਾਅਦ ਤੇ ਨਹੀਂ ਕੋਈ ਹੋਣੀ ਸੋ ਇੱਕ ਉਹ ਜਿਹੜੀ ਫੈਡ ਦੀ ਮੀਟਿੰਗ ਅੱਜ ਆ ਨੈਕਸਟ ਜਿਹੜੀ ਆਉਣੀ ਆ ਉਹ ਕਾਫੀ ਜ਼ਰੂਰੀ ਆ ਉਹ ਮਾਰਕੀਟ ਨੂੰ ਇੱਕ ਬੂਸਟ ਦੇਊਗੀ ਜੇ ਰੇਟ ਹਾਈਕ ਨਹੀਂ ਵੀ ਕਰਦੇ ਤਾਂ ਵੀ ਮਾਰਕੀਟ ਉੱਪਰ ਜਾਣੀ ਆ ਜੇ ਰੇਟ ਹਾਈਕ ਕਰ ਵੀ ਦਿੰਦੇ ਆ ਤੇ ਇਹ ਕਹਿ ਦਿੰਦੇ ਆ ਕਿ ਥਿਸ ਇਜ਼ ਦਾ ਲਾਸਟ ਵਨ ਫਿਰ ਵੀ ਮਾਰਕੀਟ ਉੱਪਰ ਜਾ ਸਕਦੀ ਆ ਸੋ ਹੁਣ ਸਾਰੇ ਵੇਟ ਹੀ ਕਰ ਰਹੇ ਆ ਆਪਾਂ ਕਹਿ ਸਕਦੇ ਆ ਸੋ ਉਸ ਵੇਟ ਦੇ ਵਿੱਚ ਕੀ ਜਿਹੜਾ ਐਲਗੋਰਿਦਮਾ ਕੀ ਬੈਂਕਾਂ ਇੰਸਟੀਟਿਊਸ਼ਨ ਕਹਿੰਦੀ ਆ ਕਿ ਸੀ ਇੱਕ ਡ੍ਰੌਪ ਹੈ ਹੈਲਦੀ ਡ੍ਰੌਪ ਜਿਆ ਕਰਾ ਦਈਏ ਹੈਲਦੀ ਪੁੱਲ ਬੈਕ ਜੀ ਕਰਾ ਦਈਏ ਮਾਰਕੀਟ ਦੇ ਵਿੱਚ ਜਿਉਂ ਕਰਦੇ ਆ ਤੇ ਇੱਕ ਆਪਾਂ ਨੂੰ ਡ੍ਰੌਪ ਦੇਖਣ ਨੂੰ ਮਿਲ ਸਕਦੀ ਆ ਤੇ ਉਹਦੇ ਪਿਛੇ ਰੀਜ਼ਨ ਦਿੱਤਾ ਜਾਊਗਾ ਨਵੀਡੀਆ ਦੇ ਸਟਾਕ ਦਾ ਸੈਮੀ ਕੰਡਕਟਰ ਦਾ ਕਿਉਂਕਿ ਉਹਦਾ ਥੋੜਾ ਜਿਹਾ ਜਿਹੜਾ 1 ਦਸੰਬਰ ਨੂੰ ਸ਼ੁਰੂ ਹੋਣੀ ਜੀ ਰੈਸਟ੍ਰਿਕਸ਼ਨ ਯੂਐਸਟੀ ਚਾਈਨਾ ਨੂੰ ਚਿਪ ਜਿਹੜੀਆਂ ਦੇਣੀਆਂ ਉਹਦੇ ਉੱਪਰ ਉਹਦੇ ਕਰਕੇ ਉਹ ਸਟਾਕ ਥੋੜਾ ਜਿਹਾ ਨਿਊ ਲੋ ਬਣਾ ਰਿਹਾ ਉਹਦੀ ਚਾਰਟ ਵੀ ਆਪਾਂ ਦੇਖਾਂਗੇ ਬਾਕੀ ਜੇ ਹੋਰ ਕੋਈ ਚਾਰਟ ਤੁਸੀਂ ਦੇਖਣਾ ਚਾਹੁੰਦੇ ਹੋ ਵੀ ਇੱਥੇ ਥੱਲੇ ਚੈਟ ਦੇ ਵਿੱਚ ਕਮੈਂਟ ਦੇ ਵਿੱਚ ਐਂਟਰ ਕਰ ਦਿਓ ਜਿਨ੍ਹਾਂ ਨੇ ਆਲਰੇਡੀ ਗਰੁੱਪ ਦੇ ਵਿੱਚ ਸ਼ੇਅਰ ਕੀਤੇ ਸੀ ਉਹ ਤਾਂ ਮੈਂ ਦੇਖੂੰਗਾ ਜ਼ਰੂਰ ਤੇ ਉਹਨ ਵਿਡੀਆ ਦਾ ਵੀ ਨਿਊ ਲੋ ਬਣ ਰਿਹਾ ਉਹਦੇ ਕਰਕੇ ਮਾਰਕੀਟ ਨੂੰ ਇੱਕ ਡ੍ਰੌਪ ਮਿਲ ਸਕਦੀ ਆ ਜੇ ਹੁੰਦੀ ਆ ਤੇ ਇੱਕ ਰੀਜ਼ਨ ਉਹੀ ਹੋਊਗਾ ਬਟ ਇਹ ਆ ਕਿ ਸ਼ਾਇਦ ਨੈਕਸਟ ਇੰਟਰਸਟ ਰੇਟ ਹਾਈਕ ਤੋਂ ਪਹਿਲਾਂ ਇੱਕ ਅੱਧੀ ਪੁੱਲ ਬੈਕ ਜੇ ਕਰਨੀਆਂ ਦਾ ਹੋ ਜੇ ਮਾਰਕੀਟ ਦੇ ਵਿੱਚ ਬਾਕੀ ਨਿਊਜ਼ ਕੋਈ ਨਹੀਂ ਹੈਗੀ ਜਿਹੜੀ ਕਹੇ ਕਿ ਹਾਂ ਮਾਰਕੀਟ ਨੇ ਥੱਲੇ ਡਿੱਗਣਾ ਈਵੀ ਡਿਲੀਵਰੀਜ਼ ਅਪਡੇਟ ਸੋ 1 ਦਸੰਬਰ ਨੂੰ ਜਿਹੜੇ ਮੋਸਟਲੀ ਇਲੈਕਟ੍ਰਿਕ ਵਹੀਕਲ ਆ ਦੀ ਉਹਨਾਂ ਦੇ ਡਿਲੀਵਰੀ ਨੰਬਰ ਐਵਰੀ ਮੰਥ ਆਉਂਦੇ ਆ ਤੁਹਾਨੂੰ ਪਤਾ ਹੀ ਹੋਣਾ ਜੇ ਕਿਸੇ ਨੇ ਇਲੈਕਟ੍ਰਿਕ ਵਹੀਕਲ ਦਾ ਕੋਈ ਸਟਾਕ ਹੋਲਡ ਕਰਦਾ ਆ ਬਾਏ ਕੀਤਾ ਹੋਇਆ ਟੈਸਲਾ ਵਾਲੇ ਜਿਹੜੇ ਉਹ ਐਵਰੀ ਕੁਆਟਰ ਦੱਸਦੇ ਆ ਬਟ ਜਿਹੜੇ ਆਪਾਂ ਛੋਟੀਆਂ ਕੰਪਨੀਆਂ ਨੇ ਜਿੱਦਾਂ ਲੀ ਆਟੋ ਹੋ ਗਿਆ ਨਿਯੋ ਹੋ ਗਿਆ ਲੂਸਿਡ ਵਾਲੇ ਜਾਂ ਦੂਜੀਆਂ ਛੋਟੀਆਂ ਕੰਪਨੀਆਂ ਚਾਈਨਾ ਦੀਆਂ ਜਿਹੜੀਆਂ ਸੋ ਉਹ ਮੋਸਟਲੀ ਐਵਰੀ ਵੀਕਐਂਡ ਤੇ ਸੌਰੀ ਐਵਰੀ ਮੰਥ ਐਂਡ ਤੇ ਦੱਸਦੇ ਆ ਕਿ ਕਿੰਨੇ ਅਸੀਂ ਵੀਹਿਕਲ ਡਿਲੀਵਰ ਕੀਤੇ ਸੋ ਉਹਨਾਂ ਦੇ ਸਟਾਕ ਥੋੜੇ ਜਿਹਾ ਪੰਪ ਡੰਪ ਹੋ ਸਕਦੇ ਆ ਉਹਨੂੰ ਤੁਸੀਂ ਵਾਚ ਕਰ ਸਕਦੇ ਹੋ ਜੇ ਕਿਸੇ ਦਾ ਇੰਟਰਸਟ ਆਏਗਾ ਤਾਂ ਸੋ ਬਾਕੀ ਜਿਹੜੇ ਸਟਾਕ ਵਾਚ ਕਰਨੇ ਆ ਜੀ ਕॉइनਬੇਸ ਕਾਫੀ ਇੱਕ ਵਧੀਆ ਏਰੀਆ ਤੇ ਹੈਗਾ ਸੋ ਮੈਂ ਕੱਲ ਵੀ ਟਿਕਟੌਕ ਦੇ ਲਾਈਵ ਤੇ ਦੱਸਿਆ ਸੀ ਜੇ ਕਿਸ ਨੇ ਨਹੀਂ ਪਤਾ ਤਾਂ ਫੇਰ ਆਪਾਂ ਉਹਤੇ ਕਵਰ ਕਰ ਲਾਂਗੇ ਟੈਸਲਾ ਲੀ ਆਟੋ ਦਾ ਸਟਾਕ ਇਹਨੇ ਪੁੱਛਿਆ ਸੀ ਕਿ ਕਯੂਕਿ ਇਹਨਾਂ ਸਾਰਿਆਂ ਤੇ ਗੱਲਬਾਤ ਕਰਾਂਗੇ ਅਰਨਿੰਗਸ ਆ ਰਹੀਆਂ ਜੀ ਨੈਕਸਟ ਵੀਕ ਦੇ ਵਿੱਚ ਕਪਲ ਗੁੱਡ ਅਰਨਿੰਗਸ ਜਿਹੜੀਆਂ ਬਿਗ ਮੂਵ ਹੋ ਸਕਦੀਆਂ ਸੋ ਉਹਨਾਂ ਵਿੱਚੋਂ ਸਭ ਤੋਂ ਪਹਿਲਾਂ ਸਟਾਕ ਹੈਗਾ ਜੀ ਐਸਪੀਐਲ ਕੇ ਸੋ ਸਪਲੰਕ ਸਟਾਕ ਕਾਫੀ ਟੌਪ ਤੇ ਪਹੁੰਚਿਆ ਹੋਇਆ ਜੀ ਸੋ ਇਹਦੀ ਅਰਨਿੰਗ ਜੇ ਕਿਤੇ ਨੈਗੇਟਿਵ ਆਉਂਦੀ ਆ ਤਾਂ ਕਾਫੀ ਡੰਪ ਹੋ ਸਕਦਾ ਸੋ ਇਹਨੂੰ ਆਪਾਂ ਵਾਚ ਕਰਾਂਗੇ ਇਹ ਨਹੀਂ ਮੈਂ ਕਹਿ ਰਿਹਾ ਕਿ ਇਹਨੂੰ ਆਪਾਂ ਸ਼ਾਰਟ ਕਰਾਂਗੇ ਜਾਂ ਕੁਝ ਆਈ ਡੂ ਨਾਟ ਹੈਵ ਐਨੀ ਪਲਾਨ ਟੂ ਟ੍ਰੇਡ ਐਨੀ ਅਰਨਿੰਗਸ ਬਟ ਇਹ ਆ ਕੀ ਜੇ ਅਰਨਿੰਗ ਤੋਂ ਬਾਅਦ ਕੋਈ ਏਦਾਂ ਦੀ ਚੀਜ਼ ਆਉਂਦੀ ਹੈ ਕਿ ਡੰਪ 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 ਹੋਈ ਜਾਂਦਾ ਤਾਂ ਫਿਰ ਆਪਾਂ ਦੇਖਾਂਗੇ ਕਰਾਉਡ ਸਟ੍ਰਾਈਕ ਆ ਜੀ ਤੇ ਇਹ ਕੰਪਨੀ ਵੀ ਵਧੀਆ ਮੂਵ ਕਰ ਜਾਂਦੀ ਹੁੰਦੀ ਹੈ ਦਾ ਸਟਾਕ ਵੀ ਤੇ ਸਨੂਫਲੇਕ ਹੈਗਾ ਸੇਲਜ਼ ਫੋਰਸ ਸੋ ਇਹ ਚਾਰ ਕਰਨੀਆਂ ਹੈਗੀਆਂ ਨੇ ਨੈਕਸਟ ਵੀਕ ਦੇ ਵਿੱਚ ਜਿਹੜੀਆਂ ਵੱਡੀਆਂ ਜਿਹੜੀਆਂ ਬਿਗ ਮੂਵਰਸ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚ ਅਜੇ ਤੁਸੀਂ ਦੇਖੋ ਤਾਂ ਕਰਾਉਡ ਸਟ੍ਰਾਈਕ ਸਟਾਕ ਆ CRWD ਸਪਲੰਕ SPL ਕੇ ਕਾਫੀ ਟੌਪ ਤੇ ਆ ਇਹਨੂੰ ਦੇਖਾਂਗੇ ਸਨੋਫਲੇਕ ਆ ਸੀਆਰਐਮ ਹਾਂ ਬਾਕੀ ਵੀ ਆਲੇ ਦੁਆਲੇ ਛੋਟੀਆਂ ਜਿਹੜੀਆਂ ਹੋਰ ਰਨਿੰਗਸ ਵੀ ਹੈਗੀਆਂ ਬਟ ਇਹ ਵਾਲੇ ਹੈਗੇ ਜਿਹੜੇ ਥੋੜਾ ਜਿਹਾ ਬਿਗ ਮੂਵਰਸ ਕਰ ਸਕਦੇ ਆ ਬਿਗ ਮੂਵ ਹੋ ਸਕਦੀ ਆ ਤੇ ਜੇ ਲਾਈਵ ਟਰੇਡ ਕਿਸੇ ਨੇ ਕਰਨਾ ਹਰ ਵਾਰ ਦੀ ਤਰ੍ਹਾਂ ਤਾਂ ਤੁਸੀਂ ਆਪਣੀ ਵੈਬਸਾਈਟ stocktalkforyou.com ਤੇ ਜਾ ਕੇ ਸਬਸਕ੍ਰਾਈਬ ਕਰ ਸਕਦੇ ਹੋ ਜਿੱਥੇ ਆਪਾਂ ਐਵਰੀ ਵੀਕ ਐਵਰੀ ਡੇ ਲਾਈਵ ਟਰੇਡ ਕਰਦੇ ਮਾਰਨਿੰਗ ਦੇ ਵਿੱਚ অপਸ਼ਨਸ ਟਰੇਡ ਕਰਦੇ ਆ ਤੇ ਜੇ ਕਿਸੇ ਨੇ YouTube ਦਾ ਚੈਨਲ ਨਹੀਂ ਕੀਤਾ ਸਬਸਕ੍ਰਾਈਬ ਤੇ ਕਰ ਦਿਓ ਵੀਡੀਓ ਨੂੰ ਕਰ ਦਿਓ ਲਾਈਕ ਅਤੇ ਕਮੈਂਟ ਵੀ ਕਰ ਦਿਓ ਅੱਗ ਜੀ ਕੱਢਣ ਵਾਲਾ ਕੋਈ ਚਾਰਟ ਦੇਖਦੇ ਹਾਂ ਜੀ ਹੁਣ ਸੋ ਚਾਰਟ ਸਭ ਤੋਂ ਪਹਿਲਾਂ ਤੇ ਟੈਸਲਾ ਦੀ ਗੱਲ ਕਰੀਏ ਸੋ ਟੈਸਲਾ ਕਾਫੀ ਇੱਕ ਟ੍ਰੀਕੀ ਜੀ ਜ਼ੋਨ ਦੇ ਵਿੱਚ ਆ ਰਹੀ ਅੱਗੇ ਨਹੀਂ ਨਿਕਲ ਪਾ ਰਿਆ ਕਾਰਨ ਕੀ ਹੈ ਇਵੈਂਟ ਦੀ ਹਾਈਪ ਬਣ ਸਕਦੀ ਹੈ ਇਵੈਂਟ ਹੈਗਾ ਫਰਾਈਡੇ ਨੂੰ ਸੋਰੀ ਥਰਸਡੇ ਨੂੰ ਮੰਡੇ ਟਿਊਜ਼ਡੇ ਵੈਂਸਡੇ ਜੇ ਇਵੈਂਟ ਦੀ ਹਾਈਪ ਬਣਦੀ ਆ ਤਾਂ ਟੈਸਲਾ ਦਾ ਸਟਾਕ ਉੱਪਰ ਜਾ ਸਕਦਾ ਬਟ ਟੈਸਲਾ ਦੀ ਪ੍ਰੋਬਲਮ ਇਹੀ ਆ ਕਿ ਜਦੋਂ ਮਾਰੀ ਦੀ ਹਾਈਪ ਬਣਨ ਲੱਗਦੀ ਕੋਈ ਨਾ ਕੋਈ ਐਵਰੀ ਵੀਕ ਇਹਦੀ ਨਿਊਜ਼ ਆਈ ਰਹਿੰਦੀ ਆ ਸੋ ਉਹਦੇ ਕਰਕੇ ਅਜੇ ਨਿਕਲਦੇ ਨਹੀਂ ਪਾ ਰਿਆ ਦੇਖਦੇ ਆ ਕਿ ਕੱਲ ਨੂੰ ਇੱਕ ਬਾਏ ਦਾ ਰਿਊਮਰ ਵਾਲਾ ਕੰਮ ਹੁੰਦਾ ਕਿ ਹਾਂਜੀ ਸਾਈਬਰ ਟਰੱਕ ਨੇ ਆਉਣਾ ਇਸ ਤੋਂ ਪਹਿਲਾਂ ਪਹਿਲਾਂ ਬਾਏ ਕਰ ਲਈਏ ਯੂਜੂਲੀ ਆਪਾਂ ਪਾਸਟ ਦੇ ਵਿੱਚ ਇਹੀ ਦੇਖਿਆ ਜਦੋਂ ਸੈਮੀ ਟਰੱਕ ਇਹਨਾਂ ਨੇ ਡਿਲੀਵਰ ਕਰਨਾ ਸੀ ਤਾਂ ਸਟਾਕ ਕਾਫੀ ਲੋਕਾਂ ਨੇ ਬਾਏ ਕੀਤਾ ਇੱਕ ਰੀ ਉੱਪਰ ਗਿਆ ਤੇ ਬਾਅਦ ਵਿੱਚ ਜਦੋਂ ਟਰੱਕ ਡਿਲੀਵਰ ਹੋਇਆ ਤੇ ਉਦੋਂ ਨਾਲ ਦੀ ਨਾਲ ਹੀ ਅਗਲੇ ਦਿਨ ਵੀ ਥੱਲੇ ਸੀ ਸੋ ਇਸ ਕਰਕੇ ਜੇ ਤੁਹਾਡੇ ਜੋ ਕੋਈ ਟੈਸਲਾ ਦੇ ਵਿੱਚ ਇੰਟਰਵਿਊ ਆ ਉਹਨੂੰ ਪ੍ਰੋਫਿਟ ਬਣਦਾ ਵੀ ਆ ਤਾਂ ਜਦੋਂ ਈਵੈਂਟ ਚੱਲ ਰਿਹਾ ਹੋਊਗਾ ਆਫਟਰ ਮਾਰਕੀਟ ਦੇ ਵਿੱਚ ਜਿਹੜੇ ਆਪਸ਼ਨ ਵਾਲੇ ਉਹਨਾਂ ਕੋ ਤੇ ਨਹੀਂ ਨਿਕਲਿਆ ਉਹ ਦੇਖ ਸਕਦੇ ਨਾਲ ਦੀ ਨਾਲ ਕਿ ਜੇ ਐਗਜ਼ਿਟ ਕਰਨੀ ਆ ਪੋਜੀਸ਼ਨ ਦਾ ਸੋ ਇਸ ਲਈ ਟੈਸਲਾ ਨੂੰ ਧਿਆਨ ਦੇ ਨਾਲ ਵਾਚ ਕਰਨਾ ਇਹਦੀ ਜਿਹੜੀ 50 ਡੇ ਮੂਵਿੰਗ ਐਵਰੇਜ ਆ ਉਹ ਤੋਂ ਥੋੜਾ ਜਿਹਾ ਉੱਪਰ ਜਾ ਕੇ ਥੱਲੇ ਥੋੜਾ ਜਿਹਾ ਉੱਪਰ ਜਾ ਕੇ ਥੱਲੇ ਥੋੜਾ ਜਿਹਾ ਉੱਪਰ ਜਾ ਕੇ ਥੱਲੇ ਇੱਕ ਰੀ ਡਿੱਗੀ ਜਾਂਦਾ ਸੋ ਆਹ ਵਾਲੀ ਚੀਜ਼ ਹੀ ਹੋ ਰਹੀ ਆ ਜਿੱਥੇ ਹੋਈ ਉੱਪਰ ਥੱਲੇ ਉੱਪਰ ਥੱਲੇ ਉੱਪਰ ਥੱਲੇ ਫਿਰ ਇੱਕਦਮ ਬੂਸਟ ਮਿਲਿਆ ਸੀ ਸੋ ਸ਼ਾਇਦ ਆਹ ਵਾਲੀ ਅਰਨਿੰਗ ਦੀ ਕੈਂਡਲ ਹੋਊਗੀ ਮੈਨੂੰ ਲੱਗਦਾ 9ਵੇਂ ਮਹੀਨੇ ਦੇ ਵਿੱਚ ਇੱਥੇ ਤੇ ਇੱਥੇ ਹੁਣ ਜਿਹੜੀ ਆਹ ਵਾਲੀ ਆ ਮੈਨੂੰ ਲੱਗਦਾ ਕਿ ਸ਼ ਸੋ so, uh, बार so, 250 ਡਾਲਰ ਆਪਣਾ ਟਾਰਗੇਟ ਹੈਗਾ ਜੀ ਮਲਟੀਪਲ ਰੀਜ਼ਨ ਆ 250 ਡਾਲਰ ਦੇ ਆਪਣੇ ਟਾਰਗੇਟ ਦੇ ਕਿ ਉੱਥੇ ਕਿ ਆਪਾਂ ਬਾਹਰ ਨਿਕਲਣ ਬਾਰੇ ਸੋਚਣਾ ਆ ਫਸਟ ਦਿਸ ਇਸ ਦਾ ਟ੍ਰੈਂਡ ਲਾਈਨ ਜਿਹੜੀ ਆ ਰਹੀ ਆ ਜਿਸ ਨੂੰ ਵੱਜ ਕੇ ਥੱਲੇ ਵੱਜ ਕੇ ਥੱਲੇ ਡਿੱਗਾ ਵੱਜ ਕੇ ਥੱਲੇ ਡਿੱਗਾ ਸੈਕੰਡ 250 ਡਾਲਰ ਵਾਲਾ ਜਿਹੜਾ ਇੱਕ ਉਹ ਸਾਈਕੋਲੋਜੀਕਲ ਰੈਜ਼ਿਸਟੈਂਸ ਹੁੰਦਾ ਜੀ ਉਹਨੂੰ ਵੱਜ ਕੇ ਟੈਸਲਾ ਥੱਲੇ ਡਿੱਗ ਸਕਦਾ ਆ ਸੋ 250 ਡਾਲਰ ਨੂੰ ਵਾਚ ਕਰਾਂਗੇ ਜੇ ਉੱਪਰ ਨੂੰ ਜਾਂਦਾ ਤੇ ਕੀ ਕਰਦਾ ਜੇ ਥੱਲੇ ਡਿੱਗਣ ਲੱਗ ਗਿਆ ਤੇ ਫਿਰ ਇਹ ਹੀ ਆ ਜੀ 225 ਡਾਲਰ ਤੇ ਜਾਂ ਜਿਹੜੀ 200 ਐ ਮੂਵਿੰਗ ਐਵਰੇਜ ਆ 223 ਡਾਲਰ ਤੇ ਹੋਣੀ ਆ ਸੋ 223 ਡਾਲਰ 225 ਡਾਲਰ ਵਾਲਾ ਜਿਹੜਾ ਏਰੀਆ ਉਹ ਕਾਫੀ ਇੰਪੋਰਟੈਂਟ ਆ ਸੋ ਉੱਥੇ ਆਪਾਂ ਜਾ ਕੇ ਦੇਖਦੇ ਆ ਕਿ ਹੋਲਡ ਕਰਦਾ ਤੇ ਜਾਂ ਨਹੀਂ ਕਰਦਾ ਜੇ ਥੱਲੇ ਨੂੰ ਡਿੱਗਣਾ ਸ਼ੁਰੂ ਕਰਦਾ ਸੋ ਆਸ ਕਰਦੇ ਆ ਕਿ ਥੱਲੇ ਨੂੰ ਨਾ ਹੀ ਡਿੱਗੇ ਬਟ ਜਸਟ ਇਨ ਕੇਸ ਯੂ ਨੈਵਰ 노 ਇਹ ਚੀਜ਼ ਹੋ ਸਕਦੀ ਆ ਨਵੀਡੀਆ ਦੀ ਗੱਲ ਕਰੀਏ ਜੀ ਸੋ ਨਵੀਡੀਆ ਦਾ ਸਟਾਕ ਕੀ ਕਰ ਰਿਹਾ ਇਫ ਆਈ ਗੋ ਇਨ ਸ਼ਾਰਟ ਟਾਈਮ ਫਰੇਮ ਸੋ ਛੋਟੇ ਟਾਈਮ ਫਰੇਮ ਚ ਜੇ ਜਾ ਕੇ ਦੇਖੀਏ ਤਾਂ ਨਿਊ ਲੋ ਉਸ ਤੋਂ ਬਾਅਦ ਫਿਰ ਨਿਊ ਲੋ ਸੋ ਹੁਣ ਆਪਾਂ ਕੱਲ ਇਹ ਦੇਖਣਾ ਕਿ ਜੇ ਥੱਲੇ ਆਉਂਦਾ ਵੀ ਆ ਥਿਸ ਇਜ਼ ਦਾ ਏਰੀਆ ਸੋ ਅਰਨਿੰਗ ਤੋਂ ਬਾਅਦ ਇੱਕ ਵਾਰੀ ਇੱਥੇ ਡੰਪ ਹੋਇਆ ਸੀ ਜੀ 268 ਦੇ ਨੇੜੇ ਤੇੜੇ ਜੇ ਉਹਨੂੰ ਵੀ ਬ੍ਰੇਕ ਕਰ ਗਿਆ ਫਿਰ ਤੇ ਕਾਫੀ ਡੰਪਾ ਬਟ ਜੇ ਕੱਲ ਨੂੰ ਤੁਹਾਨੂੰ 268 ਦੇ ਨੇੜੇ ਤੇੜੇ ਆਣ ਕੇ ਤੇ ਕੈਂਟਰੀ ਦਾ ਮੌਕਾ ਮਿਲਦਾ ਕਿਉਂਕਿ ਇੱਕਦਮ ਐਂਟਰੀ ਉੱਪਰ ਨੂੰ ਮਿਲ ਸਕਦੀ ਹੈ ਤੇ ਇਥੋਂ ਐਂਟਰ ਕਰਨ ਬਾਰੇ ਦੇਖ ਸਕਦੇ ਹੋ ਕਿਉਂਕਿ ਆ ਜਿਹੜੀ ਇੱਕਦਮ ਥੱਲੇ ਜਾਣ ਕੇ ਉੱਪਰ ਗਿਆ ਦਿਸ ਇਜ਼ ਟੋਟਲੀ ਅਲਗੋਰਿਦਮ ਦੀ ਬਾਇੰਗ ਹੋਈ ਆ ਕਿ ਇੱਕਦਮ ਉਹਨਾਂ ਬਾਇੰਗ ਕੀਤੀ ਆ ਸੋ ਸੇਮ ਏਰੀਆ ਤੇ ਆਉਂਦਾ ਫੇਰ ਚੱਕ ਸਕਦੇ ਆ ਸੋ 2 468 ਵਾਲਾ ਏਰੀਆ ਤੁਸੀਂ ਅਲਰਟ ਲਾ ਸਕਦੇ ਹੋ ਜਿੱਦਾਂ ਮੈਂ ਲਾਇਆ ਜੇ ਉਹਦੇ ਨੇੜੇ ਆਉਂਦਾ ਵਾ ਤੇ ਇੱਕਦਮ ਤੁਹਾਨੂੰ ਐਂਟਰੀ ਦਾ ਮੌਕਾ ਦਿੰਦਾ ਕਰ ਸਕਦੇ ਆ ਨਵੀਡੀਆ ਦੇ ਵਿੱਚ ਜੇ ਕੋਈ ਨਵੀਡੀਆ ਨੂੰ ਟ੍ਰੇਡ ਕਰਦਾ ਸਟਾਕ ਤੇ ਆਪਸ਼ਨ ਸੋ ਦਿਸ ਇਜ਼ ਦਾ ਏਰੀਆ ਫੋਰਨ ਵੀਡੀਆ ਜਿਹਨੂੰ ਤੁਸੀਂ ਵਾਚ ਕਰ ਸਕਦੇ ਆ ਨੈਕਸਟ ਗੱਲ ਕਰੀਏ ਕॉइन ਬੇਸ ਦੀ ਤਾਂ ਕॉइन ਬੇਸ ਵੀ ਇੱਕ ਏਰੀਏ ਤੇ ਪਹੁੰਚਿਆ ਹੋਇਆ ਜੀ ਬਟ ਇੱਕ ਨਹੀਂ ਇਹਦੇ ਦੋ ਏਰੀਏ ਆ ਜਿਹੜੇ ਥੋੜਾ ਜਿਹਾ ਜ ਆਪਾਂ ਨੂੰ ਹੁਣ ਧਿਆਨ ਦੇ ਨਾਲ ਦੇਖਣਾ ਪੈਣਾ ਇੱਕ ਤੇ ਹੈਗਾ ਜੀ ਆ 117 ਵਾਲਾ ਟੌਪ ਸੋ 117 ਡਾਲਰ ਵਾਲਾ ਟੌਪ ਆ ਸੋ ਇਥੋਂ ਡਿਗ ਰਿਹਾ ਰਿਜੈਕਟ ਹੋ ਰਿਹਾ ਇਥੋਂ 117 ਤੋਂ 115 ਕਿਤੇ ਆ ਗਿਆ ਸੀ ਬਟ ਨਾਲ ਦੀ ਨਾਲ ਪ੍ਰੋਬਲਮ ਗਈ ਆ ਆ ਵਾਲਾ ਏਰੀਆ ਦੀ ਸਪੋਰਟ ਬਣ ਰਹੀ ਆ ਇਫ ਯੂ ਗੋ ਐਂਡ ਵਾਚ 11450 ਵਾਲਾ ਏਰੀਆ ਸੋ 11450 ਵਾਲਾ ਏਰੀਆ ਇਹਦੀ ਸਪੋਰਟ ਬਣ ਗਿਆ ਜੀ ਬਾਅਦ ਚ ਥੱਲੇ ਸੋ 117 ਵਾਲੇ ਏਰੀਆ ਤੋਂ ਡਿੱਗਾ 11450 ਸਪੋਰਟ ਬਣ ਗਿਆ ਕਰੀਨੀ ਦੋਰੀ ਬਣਿਆ ਇੱਥੇ ਵੱਜ ਕੇ ਉੱਪਰ ਇੱਥੇ ਵੱਜ ਕੇ ਉੱਪਰ ਸੋ ਜੇ ਕੋਈ 117 ਤੋਂ ਐਂਟਰ ਹੁੰਦਾ ਜੀ ਤੇ 11450 ਦੀ ਜਿਹੜੀ ਬ੍ਰੇਕ ਆ ਬਹੁਤ ਹੀ ਜ਼ਰੂਰੀ ਆ ਜੇ ਉੱਥੇ ਕਿਤੇ ਹੋਲਡ ਕਰ ਗਿਆ ਤੇ ਨੇ ਸਪੀਡ ਉੱਪਰ ਨੂੰ ਚੱਕ ਲੈਣੀ ਆ ਬਟ ਜੇ ਉਹਨੂੰ ਬ੍ਰੇਕ ਕਰ ਗਿਆ ਤੇ ਫਿਰ ਡੰਪ ਇਹਦੇ ਵਿੱਚ ਵਧੀਆ ਹੋ ਸਕਦਾ ਸੋ ਜੇ ਕਾਇਨ ਬੇਸ ਤਾਂ ਜਿਹੜਾ ਉੱਪਰ ਜਾਣ ਦਾ ਕੋਈ ਸੋਲਿਡ ਰੀਜ਼ਨ ਨਹੀਂ ਹੈਗਾ ਕਿ ਏਡਾ ਕੋਈ ਗੱਲ ਆ hype ਬਣੀਆਂ ਚੱਕੀ ਤੁਰੀ ਜਾਂਦੇ ਆ ਜਿੱਦਾਂ ਆਪਾਂ ਪਾਸਟ ਦੇ ਵਿੱਚ ਦੇਖਿਆ ਸੀ ਕਿ ਕॉइन ਬੇਸ 100 ਡਾਲਰ ਤੇ ਚੱਲ ਗਿਆ ਸੀ ਤੇ 100 ਡਾਲਰ ਤੋਂ ਬਾਅਦ ਚ ਜਦੋਂ ਡੰਪ ਹੋਣਾ ਸ਼ੁਰੂ ਹੋਇਆ ਸੀ ਨਾਟ ਹੇਅਰ ਇੱਥੇ ਸੀ ਕਿਤੇ 114 ਵਾਲਾ ਡੰਪ ਸੀ 100 100 ਡਾਲਰ ਤੇ ਆ ਸੌਕ ਡਾ ਹਨ ਇੱਥੇ ਸੀ ਆ ਵਾਲਾ ਇਹੀ ਆ 114 ਡਾਲਰ ਵਾਲਾ ਹੀ ਹੁਣ ਆ ਫਿਰ ਸੋ ਮਾਈ ਬੈਟ ਮੈਨੂੰ ਲੱਗਾ 100 ਡਾਲਰ ਤੇ ਆ ਸੋ ਆ 114 ਡਾਲਰ ਵਾਲਾ ਹੀ ਡੰਪ ਸੀ ਬਾਅਦ ਚ ਜੋ ਥੱਲੇ ਡਿੱਗਣਾ ਸ਼ੁਰੂ ਹੋਇਆ ਇਹਦੀ ਕਾਫੀ ਸਪੀਡ ਦੇ ਵਿੱਚ 70 ਤੇ ਆ ਗਿਆ ਏ ਸੋ ਇਸ ਕਰਕੇ ਜੇ ਇਥੋਂ ਇਹਦਾ ਡੰਪ ਹੋ ਗਿਆ ਤਾਂ ਥੱਲੇ ਕਾਫੀ ਡਿੱਗ ਸਕਦਾ ਸੋ ਇਸ ਲਈ ਜੇ ਕਿਸੇ ਨੇ ਪੋਜੀਸ਼ਨ ਬਣਾਵਾ ਵੀ ਲਈ ਤਾਂ ਉਹਨੂੰ ਬਣ ਲੱਗ ਗਿਆ ਪ੍ਰੋਫਿਟ ਤਾਂ ਇੱਕਦਮ ਐਗਜ਼ਿਟ ਨਾ ਕਰਿਓ ਹੌਲੀ 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 ਉਹਨੂੰ ਟਰਿਮ ਕਰਦੇ ਜਾਓ ਪ੍ਰੋਫਿਟ ਆਪਣੇ ਨੂੰ ਤੇ ਸ਼ਾਇਦ ਤੁਹਾਨੂੰ ਕਾਫੀ ਵਧੀਆ 100 ਤੋ ਆ ਜੇ ਫਿਰ 100 ਤੋ ਥੱਲੇ ਵੀ ਡਿੱਗ ਸਕਦਾ ਸਹੀ ਹੈ ਜੀ ਸੋ ਇੱਥੇ ਕ ਵੀ ਆ 100 ਤੋ ਡਿੱਗਾ ਸੀ ਰੀਸੈਂਟਲੀ ਸੋ 100 ਤੋ 90 ਦੇ ਵਿੱਚ ਹੀ ਸੋ ਲਾਸਟ ਜੇ ਮੈਂ ਤੁਹਾਨੂੰ ਵੀਕ ਦੀ ਗੱਲ ਕਰਾਂ ਤੇ ਆਪਾਂ ਇਹ ਗੱਲਬਾਤ ਕੀਤੀ ਕਿ 100 ਤੀ ਬ੍ਰੇਕ ਕਰਦਾ ਫਿਰ ਅੱਗੇ ਆ ਸੋ ਸੌਦੀ ਨੇ ਬ੍ਰੇਕ ਕਰਤੀ ਉੱਪਰ ਚੱਲ ਗਿਆ ਬਟ 117 ਵਾਲੇ ਏਰੀਆ ਤੋਂ ਤੁਸੀਂ ਵਾਚ ਕਰ ਸਕਦੇ ਹੋ ਤੇ 117 ਤੋਂ ਤੱਕ ਲੈ 114 50 ਵਾਲਾ ਏਰੀਆ ਜਰੂਰ ਦੇਖਣਾ ਸੋ ਉਸ ਤੋਂ ਬਾਅਦ ਕਿਸੇ ਨੇ ਸਟਾਕ ਪੁੱਛਿਆ ਸੀ ਜੀ ਲੀ ਆਟੋ ਦਾ ਸੋ ਲੀ ਆਟੋ ਦਾ ਸਟਾਕ ਜੇ ਆਪਾਂ ਦੇਖੀਏ ਤਾਂ ਕੁਝ ਖਾਸ ਨਹੀਂ ਹੈਗਾ ਜੀ ਇਹਦੇ ਵਿੱਚ ਜੇ ਮੈਂ ਤੁਹਾਨੂੰ ਕਹਾਂ ਐਨੀਥਿੰਗ ਇਜ਼ ਹੈਪਨਿੰਗ ਨਾਟ ਮਚ ਸੋ ਹੌਲੀ ਹੌਲੀ ਉੱਪਰ ਜਾ ਰਿਹਾ ਜੀ ਇੱਕ ਏਰੀਆ ਤੋਂ ਫੇਰ ਡਿੱਗ ਗਿਆ ਜਿੱਥੋਂ ਆ ਰੀਸੈਂਟਲੀ ਡਿੱਗਾ ਹੋਇਆ ਸੀ ਸੋ ਇਹਨੂੰ ਇਹਦੇ ਤੇ ਜਾ ਕੇ ਫਿਰ ਡ੍ਰੌਪ ਹੋ ਰਿਹਾ ਦੇਖਦੇ ਆ ਇਹਨੂੰ ਬ੍ਰੇਕ ਕਰ ਪਾਉਂਦਾ ਕਿ ਨਹੀਂ 42 ਡਾਲਰ 35 ਸੈਂਟ ਸੋ ਜੇ ਇਹਨੂੰ ਬ੍ਰੇਕ ਕਰਦਾ ਤੇ ਫਿਰ ਉੱਪਰ ਜਾ ਸਕਦਾ ਬਟ ਜੇ ਥੋ ਨਹੀਂ ਬ੍ਰੇਕ ਕਰ ਪਾਉਂਦਾ ਤੇ ਥੱਲੇ ਡਿੱਗ ਸਕਦਾ ਬਟ ਲੀ ਆਟੋ ਦਾ ਇੱਕ ਈਵੈਂਟ ਹੈਗਾ ਆ ਕਿਹੜਾ ਈਵੈਂਟ ਆ 1 ਦਸੰਬਰ ਨੂੰ ਆਉਣਾ ਉਹੀ ਆ ਜੀ ਡਿਲੀਵਰੀ ਨੰਬਰਸ ਸੋ ਜੇ ਉਹ ਡਿਲੀਵਰੀ ਨੰਬਰ ਵਧੀਆ ਆ ਜਾਂਦੇ ਆ ਤੇ ਇਹਨੇ ਪੰਪ ਕਰ ਜਾਣਾ ਜੇ ਨਹੀਂ ਆਉਂਦੇ ਤਾਂ ਡ੍ਰੌਪ ਜਿਹੜੀ ਆ ਉਹ ਹੋ ਸਕਦੀ ਹੈ ਉਸ ਤੋਂ ਬਾਅਦ ਪੁੱਛਿਆ ਸੀ ਜੀ ਪੀ ਐਲ ਟੀ ਆਰ ਪਲੈਂਟੀਅਰ ਸਟਾਕ ਸੋ ਪੀ ਐਲ ਟੀ ਆਰ ਸਟਾਕ ਵੀ ਸੋ ਏਰੀਆ ਡਰਾ ਕੀਤਾ ਜੀ ਉਹਨੂੰ ਬ੍ਰੇਕ ਕਰ ਰਿਹਾ 댓 ਇਜ਼ ਗੁੱਡ ਮੂਵ ਵਧੀਆ ਤੇ ਉਹਨੂੰ ਬ੍ਰੇਕ ਕਰਕੇ ਇੱਕ ਵਾਰੀ ਥੱਲੇ ਆ ਗਿਆ ਸੋ ਆਪਾਂ ਇਹ ਹੀ ਦੇਖਣਾ ਕਿ ਜੇ ਇੱਕ ਵਾਰੀ ਬ੍ਰੇਕ ਕਰਕੇ ਤੇ ਥੱਲੇ ਆ ਗਿਆ ਕਿ ਦੁਬਾਰਾ ਇੱਕ ਵਾਰੀ ਕੋਸ਼ਿਸ਼ ਕਰਦਾ ਮੈਨੂੰ ਲੱਗਦਾ ਕਿ ਜਿਹੜੇ ਏਰੀਆ ਤੇ ਆਇਆ ਵਾ ਸ਼ਾਇਦ ਇਤੋਂ ਜੀ ਉੱਪਰ ਹੀ ਰਹਿੰਦਾ ਦਾ ਸੋ ਜੇ 19 ਡਾਲਰ ਤੋਂ ਉੱਪਰ ਰਹਿੰਦਾ ਤੇ ਇਹਦੇ ਉੱਪਰ ਜਾਣ ਦੇ ਚਾਂਸ ਹੋਣਗੇ ਜੇ 19 ਡਾਲਰ ਤੋਂ ਥੱਲੇ ਆ ਗਿਆ ਤੇ ਫਿਰ 18.50 ਤੇ ਤੁਹੀਂ ਦੇਖਣਾ ਹੋਲਡ ਕਰਦਾ 18.50 ਤੇ ਹੋਲਡ ਨਾ ਕੀਤਾ ਫਿਰ ਇਹਨੇ ਥੱਲੇ ਡਿੱਗਣੀਆਂ ਸੋ ਇਸ ਲਈ 18.50 ਵਾਲਾ ਏਰੀਆ ਜ਼ਰੂਰ ਦੇਖ ਲਿਓ ਬਟ ਇਹੀ ਹੈ ਕਿ ਜੇ 19 ਡਾਲਰ ਨੂੰ ਹੋਲਡ ਕਰ ਗਿਆ ਮੈਨੂੰ ਲੱਗਦਾ ਕਿ ਵਾਪਸ ਜਾ ਸਕਦਾ ਸੋ 18.50 ਆਪਣਾ ਵਰਸ ਕੇਸ ਹੋਊਗਾ ਨਹੀਂ ਤੇ ਉਸ ਤੋਂ ਬਾਅਦ ਜੇ ਥੱਲੇ ਆ ਗਿਆ ਫਿਰ ਇਹੀ ਹੈ 50 ਡੇ ਮੂਵਿੰਗ ਐਵਰੇਜ ਥੱਲੇ ਦੀ ਥੱਲੇ ਆ ਸਕਦਾ ਸੋ ਇਹਨੂੰ ਥੋੜਾ ਜਿਹਾ ਅਵਾਚ ਇਹੀ ਕਰ ਸਕਦੇ ਹੋ 18.50 ਤੇ 19 ਡਾਲਰ ਵਾਲੇ ਏਰੀਆ ਤੋਂ ਉੱਪਰ ਰਹਿਣਾ ਚਾਹੀਦਾ ਫਿਰ ਨਿਊ ਹਾਈ ਬਣ ਸਕਦਾ ਪੀ ਐਲ টি ਆਰ ਦੇ ਵਿੱਚ ਸੋ ਹੋਰ ਕੋਈ ਸਟਾਕ ਜੇ ਇੱਥੇ ਕਮੈਂਟ ਜੀ ਮੈਂ ਲਿਖਿਆ ਸੀ ਮਾੜਾ ਜਿਹਾ ਜੇ ਕਿਸੇ ਨੇ ਭੇਜਿਆ ਸੀ ਲੀ ਤੇ ਪੀ ਐਲ টি ਆਰ ਸੋ ਕਾਇਨ ਬੇਸ ਨਵੀਡੀਆ ਆਪਾਂ ਇਹ ਕਰ ਲਿਆ ਜੀ ਗੱਲ ਕਰਦੇ ਆ ਕਿਉ 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 ਦੀ ਸੋ ਕਿਉ 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 ਦੇ ਵਿੱਚ ਕੁਝ ਖਾਸ ਨਹੀਂ ਹੈ ਜੀ ਲਾਸਟ ਵੀਕ ਦੇ ਵਿੱਚ ਸ਼ਾਰਟ ਵੀਕ ਸੀ ਲਾਸਟ ਵੀਕ ਉੱਥੇ ਕੀ ਕੰਸੋਲਿਡੇਸ਼ਨ ਕਰ ਗਿਆ 4 ਦਿਨ ਮਾਰਕੀਟ ਓਪਨ ਸੀ ਮੰਡੇ ਟਿਊਜ਼ਡੇ ਵੈਨਸਡੇ ਤੇ ਫਰਾਈਡੇ ਸੋ ਮੰਡੇ ਟਿਊਜ਼ਡੇ ਵੈਨਸਡੇ ਫਰਾਈਡੇ ਠੀਕ ਹੈ ਸੋ ਉਤੋਂ ਪਿਛਲੇ ਵੀਕ ਦੇ ਵਿੱਚ ਵੀ ਉੱਥੇ ਕੀ ਤੁਹਾਨੂੰ ਪਤਾ 3 ਦਿਨ ਲਾਸਟ ਜਾ ਕੇ ਥੋੜੀ ਜੀ ਹੋਇਆ ਸੀ ਤੇ ਆ सॉरी ਪਹਿਲੇ ਦਿਨ ਹੋਇਆ ਸੀ ਬਾਅਦ ਚ ਦੋ ਤਿੰਨ ਦਿਨ ਉੱਥੇ ਹੀ ਖੜਿਆ ਰਿਹਾ ਸੋ ਹੁਣ ਵੀ ਉੱਥੇ ਹੀ ਖੜਿਆ ਹੋਇਆ ਕੋਈ ਮੂਵਮੈਂਟ ਨਹੀਂ ਹੈਗੀ ਜੀ ਆਪਾਂ ਛੋਟੇ ਟਾਈਮ ਫਰੇਮ ਚ ਵੀ ਜਾ ਕੇ ਦੇਖੀਏ ਤਾਂ ਕਾਫੀ ਕਾਫੀ ਟਾਈਮ ਜਿੱਦਾਂ ਕਨਸੋਲਿਡੇਸ਼ਨ ਦੇ ਵਿੱਚ ਚੱਲ ਜਾਂਦਾ ਜੀ ਸੋ ਇਸ ਲਈ ਥੋੜੇ ਧਿਆਨ ਦੇ ਨਾਲ ਕਾਰਨ ਤਾਂ ਨੂੰ ਮੈਂ ਆਲਰੇਡੀ ਦੱਸ ਦਿੱਤਾ ਸੋ ਆਈ ਡੂ ਨਾਟ ਵਾਂਟ ਟੂ ਰਿਪੀਟ ਸੇਮ ਥਿੰਗ ਪਰ ਕਾਰਨ ਇਹੀ ਹੈ ਕਿ ਇੱਕ ਏਰੀਆ ਤੇ ਮਾਰਕੀਟ ਪਹੁੰਚੀ ਹੋਈ ਹੈ ਟਾਪ ਤੇ ਹੁਣ ਉੱਥੋਂ ਨਿਊ ਹਾਈ ਬਣਾਉਣ ਲਈ ਕਾਫੀ ਇੱਕ ਕੋਈ ਨਾ ਕੋਈ ਪੋਜ਼ਿਟਿਵ ਬੂਸਟ ਚਾਹੀਦਾ ਮਾਰਕੀਟ 'ਚ ਪ ਸੋ ਤੋੜਿਆ ਉਹਨੂੰ ਬਟ ਕੁਝ ਖਾਸ ਨਹੀਂ ਹੈਗਾ ਥੱਲੇ ਡਿੱਗ ਸਕਦਾ ਸੋ ਇਸ ਲਈ ਥੋੜਾ ਜਿਹਾ ਧਿਆਨ ਦੇ ਨਾਲ ਜੇ ਥੱਲੇ ਡਿੱਗ ਗਿਆ ਕਿਤੇ ਤੇ ਫਿਰ ਇੱਥੋਂ ਤੱਕ ਆ ਵੀ ਸਕਦਾ 365 ਤੱਕ ਵੀ ਕਿਉਂਕਿ 50 ਡੇ ਮੂਵਿੰਗ ਐਵਰੇਜ ਹੋਣੀ ਆ ਤੇ ਯੂਜੂਲੀ ਆਪਾਂ ਆਲਵੇਜ਼ ਇਹੀ ਚੀਜ਼ ਦੇਖੀ ਆ ਕਿ ਜਦੋਂ ਮਾਰਕੀਟ ਇੱਕਰੀ 50 ਡੇ ਮੂਵਿੰਗ ਐਵਰੇਜ ਨੂੰ ਬ੍ਰੇਕ ਕਰਦੀ ਆ ਜਸਟ ਲੁੱਕ ਐਟ ਹੇਅਰ ਜਿੱਥੇ ਮੇਰਾ ਹੁਣ ਕਰਸਰ ਆ ਰਿਹਾ ਜੇ ਬ੍ਰੇਕ ਕਰਦੀ ਆ ਅੱਪ ਜਾਂਦੀ ਆ ਫਿਰ ਇੱਕਰੀ ਉਹਨੂੰ ਰੀਟੈਸਟ ਕਰਦੀ ਆ ਤੇ ਫਿਰ ਉੱਪਰ ਦੀ ਉੱਪਰ ਜਾਂਦੀ ਨਿਊ ਹਾਈ ਵੱਲ ਨੂੰ ਸੋ ਦਿਸ ਇਜ਼ ਵਾਟ ਆਈ ਏਮ ਐਕਸਪੈਕਟਿੰਗ ਜੇ ਉੱਪਰ ਜਾਂਦਾ ਵੀ ਆ ਤੇ ਇੱਕ ਵਾਰੀ ਨੂੰ ਸ਼ਾਇਦ ਰੀਟੈਸਟ ਕਰਨਾ ਵੀ ਕਿਉਂਕਿ ਇੱਥੋਂ ਉੱਪਰ ਜਾ ਕੇ ਨਾ ਰੀਟੈਸਟ ਕੀਤਾ ਨਹੀਂ ਆ ਸੋ ਦੈਟ ਇਜ਼ ਡਿਊ ਜਿਹੜੀ ਕਿ ਆਪਾਂ ਤੁਹਾਨੂੰ ਮਿਸਾਲ ਦੇ ਸ਼ੁਰੂ ਚ ਵੀ ਗੱਲ ਕਰਦਾ ਰਿਆਂ ਤੇ ਪਹਿਲਾਂ ਵੀ ਜੇ ਤੁਸੀਂ ਲੰਬੇ ਟਾਈਮ ਤੋਂ ਸੁਣ ਰਹੇ ਆ ਸੋ ਸੇਮ ਚੀਜ਼ ਮੈਂ ਤੁਹਾਨੂੰ ਇੱਥੇ ਵੀ ਕਹਿੰਦਾ ਰਿਹਾ ਹਾਂ ਕਿ ਮਾਰਕੀਟ ਜੇ ਰਿਕਵਰ ਕਰਨੀ ਆ ਤੇ ਉਹਨੇ ਇੱਕ ਵਾਰੀ ਆ ਰੀਟੈਸਟ ਕਰਨਾ ਫਿਰ ਇਸ ਤੋਂ ਉੱਪਰ ਫਿਰ ਥੱਲੇ ਆ ਗਈ ਆ ਉੱਪਰ ਗਿਆ ਜੇ ਹੁਣ ਮਾਰਕੀਟ ਨੇ ਨਿਊ ਹਾਈ ਬਣਾਉਣੀ ਆ ਤੇ ਮੈਨੂੰ ਲੱਗਦਾ ਕਿ ਇੱਕ ਵਾਰੀ ਨਿਊ ਹਾਈ ਚ ਜਿੱਥੇ ਤੁਸੀਂ ਬਾਇੰਗ ਕਰ ਸਕਦੇ ਹੋ ਜਿੱਦਾਂ ਕਿ ਆਹ ਵਾਲਾ ਇੱਕ ਪੁਆਇੰਟ ਹੈਗਾ ਸੀ ਜੇ ਕਿ ਇਹਨੇ ਇੱਥੇ ਬਾਇੰਗ ਕੀਤੀ ਆ ਤਾਂ ਤੁਸੀਂ ਆਪ ਹੀ ਦੇਖੋਗੇ ਕਿੰਨਾ ਪ੍ਰੋਫਿਟ ਬਣਾਇਆ ਹੋਊਗਾ ਸੋ ਉਹ ਤੁਸੀਂ 50 ਡੇ ਮੂਵਿੰਗ ਐਵਰੇਜ ਨੂੰ ਫੇਰ ਵਾਚ ਕਰਨਾ ਇਹ ਕਿੱਥੋਂ ਆਪਾਂ ਨੂੰ ਆਈਡੀਆ ਮਿਲਿਆ ਸੀ ਇਹ ਆਈਡੀਆ ਮਿਲਿਆ ਸੀ ਕੋਵਿਡ ਤੋਂ ਬਾਅਦ ਵੀ ਨੇ ਸੇਮ ਚੀਜ਼ ਕੀਤੀ ਸੀ ਜਦੋਂ ਕੋਵਿਡ ਤੋਂ ਪਹਿਲਾਂ ਕੋਵਿਡ ਤੋਂ ਬਾਅਦ ਡ੍ਰੌਪ ਆਇਆ ਸੀ ਤੇ ਕੋਵਿਡ ਤੋਂ ਬਾਅਦ ਡ੍ਰੌਪ ਤੋਂ ਬਾਅਦ ਵੀ ਨੇ ਸੇਮ ਚੀਜ਼ ਕੀਤੀ ਕਿ 50 ਡੇ ਮੂਵਿੰਗ ਐਵਰੇਜ ਨੂੰ ਬ੍ਰੇਕ ਇੱਥੇ ਰੀਟੈਸਟ ਫਿਰ ਉੱਪਰ ਦੀ ਉੱਪਰ ਦੀ ਉੱਪਰ ਦੀ ਉੱਪਰ ਇਸ ਤਰੀਕੇ ਨਾਲ ਸੋ ਉਹਨੂੰ ਵਾਚ ਕਰਾਂਗੇ ਕਿ ਕੀ ਇਹ ਡ੍ਰੌਪ ਹੁੰਦਾ ਜੇ ਡ੍ਰੌਪ ਹੁੰਦਾ ਤਾਂ ਫਿਰ ਇੱਥੋਂ ਤੱਕ ਆ ਸਕਦਾ ਜਿੱਥੇ ਵੀ ਇਹ ਹੋਊਗੀ 360 370 ਦੇ ਨੇੜੇ ਤੇੜੇ ਉਸ ਟਾਈਮ ਤੇ ਉੱਥੋਂ ਤੱਕ ਆਉਣ ਦੇ ਚਾਂਸ ਹੈਗੇ ਨੇ ਹਰਬਾਟ ES ES ਸੇਮ ਹੀ ਆ ਜੀ ਜੋ ਸਪਾਈ ਨੇ ਕਰਨਾ ਸੋ ਉਹੀ ES ਸੋ ਸਪਾਈ ਕਿਉ 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 ES ਸੇਮ ਹੀ ਆ ਉਹਨੇ ਕੁਝ ਡਿਫਰੈਂਟ ਨਹੀਂ ਕਰਨਾ ਸੋ ਸਪਾਈ ਵੀ ਆਪਣੇ ਬ੍ਰੇਕ ਕਰਕੇ ਤੇ ਇਸ ਏਰੀਆ ਵੱਲ ਜਾ ਰਿਹਾ ਦੇਖਦੇ ਆ 460 ਦੇ ਨੇੜੇ ਤੇੜੇ ਪਹੁੰਚਦਾ ਉੱਥੇ ਜਾ ਕੇ ਕੀ ਕਰਦਾ ਸੋ 460 ਤੋਂ ਜੇ ਸਪਾਈ ਡੇਕ ਦਾ ES ਵੀ ਉਹ ਸੇਮ ਚੀਜ਼ ਹੀ ਉਹਨੇ ਵੀ ਡਿਗ ਪੈਣਾ ਜੀ ਨਾਲ ਸੋ ਦੋਵੇਂ ਰੀਜਨ ਸੇਮ ਹੀ ਨੇ ਸੋ ਇਹਨੇ ਵੀ ਆਪਣੀ ਟ੍ਰੈਂਡ ਲਾਈਨ ਬ੍ਰੇਕ ਕੀਤੀ ਆ ਉੱਪਰ ਨੂੰ ਸਪਾਈ ਦੇ ਵਿੱਚ ਥੋੜੀ ਹਾਈਪ ਹੈ ਗਈ ਆ ਸਪਾਈ ਨਿਊ ਹਾਈ ਬਣਾ ਰਿਆ ਕਯੂਕਯੂਕਯੂ ਨਹੀਂ ਤੁਰ ਰਿਆ ਰੀਜ਼ਨ ਕੀ ਹੈ ਕਿਉਂਕਿ ਕਯੂਕਯੂ ਦੇ ਵਿੱਚ ਟੈਕ ਵਾਲੀ ਸਟਾਕ ਨੇ ਸਪਾਈ ਦੇ ਵਿੱਚ ਹੋਰ ਬਹੁਤ ਸਾਰੇ ਸਟਾਕ ਹੋਰ ਡਿਫਰੈਂਟ ਡਿਫਰੈਂਟ ਹੈ ਇੰਡਸਟਰੀਜ਼ ਜੇ ਆਪਾਂ ਦੇਖੀਏ ਕਮਿਊਨੀਕੇਸ਼ਨ ਆ ਗਈ ਐਨਰਜੀ ਸੈਕਟਰ ਆ ਗਿਆ ਤੇ ਹੈਲਥ ਸੈਕਟਰ ਆ ਗਿਆ ਹੋਰ ਬਹੁਤ ਸਾਰੇ ਸੈਕਟਰ ਵੱਡੇ ਹੈਗੇ ਨੇ ਜਿਹੜੇ ਉਹਨੂੰ ਮੂਵ ਕਰਦੇ ਨੇ ਸੋ ਟੈਕ ਆਲਵੇਜ਼ ਕੀ ਹੈ ਕਿ ਲੀਡਿੰਗ ਹੁੰਦਾ ਜਦੋਂ ਵੀ ਮਾਰਕੀਟ ਨੇ ਉੱਪਰ ਜਾਣਾ ਟੈਕ ਨੇ ਪਹਿਲਾਂ ਉੱਪਰ ਜਾਣਾ ਮਾਰਕੀਟ ਨੇ ਥੱਲੇ ਡਿੱਗਣਾ ਟੈਕ ਨੇ ਪਹਿਲਾਂ ਥੱਲੇ ਡਿੱਗਣਾ ਬਾਅਦ ਚ ਹਾਲੀ ਹਾਲੀ ਬਾਕੀ ਸਟਾਕ ਜਿਹੜੇ ਆ ਬਾਕੀ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਸੈਕਟਰ ਆ ਫਾਲੋ ਕਰਨਾ ਸ਼ੁਰੂ ਕਰ ਦਿੰਦੇ ਆ ਸੋ ਸਪਾਈ ਤਾਂ ਅਜੇ ਤੁਰ ਰਿਹਾ ਹੌਲੀ ਹੌਲੀ ਉੱਪਰ ਜਾ ਰਿਹਾ ਨਿਊ ਹਾਈ ਬਣ ਰਿਹਾ ਕਿਉਂਕਿ ਟੈਕ ਤੇ ਖੜ ਗਿਆ ਬਟ ਬਾਕੀ ਸਟਾਕ ਜਿਨ੍ਹਾਂ ਨੇ ਟੈਕ ਦੀ ਹਾਈਪ ਨੂੰ ਫਾਲੋ ਕਰਨਾ ਉਹ ਅਜੇ ਹੌਲੀ ਹੌਲੀ ਉੱਪਰ ਜਾ ਰਹੇ ਆ ਸੋ ਦੇਖਦੇ ਆ ਸਪਾਈ ਵੀ ਸ਼ਾਇਦ ਉੱਪਰ ਜਾ ਕੇ ਤੇ ਇਸ ਵੀਕ ਦੇ ਵਿੱਚ 460 ਤੇ ਟੱਚ ਕਰਕੇ ਦੇਖਦੇ ਆ ਨਿਊ ਲੋ ਬਣਾਉਂਦਾ ਜਾਂ ਹਾਈ ਬਣਾਉਂਦਾ ਕੀ ਕਰਦਾ ਆ ਸੋ ਉੱਥੇ ਜਾ ਕੇ ਆਪਾਂ ਜਰੂਰ ਵਾਚ ਕਰਾਂਗੇ ਅਰਨਿੰਗਸ ਟੂ ਵਾਚ ਪੀ ਸਿੰਘ ਜੀ ਮੈਂ অলরেਡੀ ਮੈਂਸ਼ਨ ਕਰ ਦਿੱਤੀਆਂ ਜੀ ਸੋ ਲਾਈਵ ਜਦੋਂ ਆਪਣਾ ਅਪਡੇਟ ਹੋ ਗਿਆ ਤੇ ਇਹਦੀ ਵੀਡੀਓ ਜਾ ਕੇ ਬੈਕ ਤੇ ਦੇਖ ਲਿਓ ਮੈਂ অলরেਡੀ ਅਰਨਿੰਗ ਦੀ ਗੱਲਬਾਤ ਕਰ ਲਈ ਕਿ ਕਿਹੜੀਆਂ-ਕਿਹੜੀਆਂ ਵਾਚ ਕਰਨੀਆਂ ਨੇ ਨੈਕਸਟ ਵੀਕ ਦੇ ਵਿੱਚ ਸੋ ਆਈ ਥਿੰਕ ਯੂ ਆਰ ਲिटल ਬਿਟ ਲੇਟ ਬਟ ਉਹਦੀ ਆਪਾਂ ऑलरेडी ਗੱਪਸ਼ਪਾ ਮਾਰ ਲਈ ਸੀ ਹੋਰ ਕੋਈ ਸਟਾਕ ਖਾਸ ਮੈਨੂੰ ਤੇ ਨਹੀਂ ਲੱਗਦਾ ਜੀ ਸਟਾਕ ਛੋਟੇ ਹੈਗੇ ਆ ਦੋ ਤਿੰਨ ਸਟਾਕ ਤੁਹਾਨੂੰ ਮੈਂ ਦੱਸ ਦਿੰਨਾ ਸੋ ਸਟਾਕ ਹੈਗਾ ਜੀ YPF ਸੋ YPF ਸਟਾਕ ਹੈਗਾ ਸੋ ਉਹਨੂੰ ਆਪਾਂ ਵਾਚ ਕਰਦੇ ਆ ਕਾਫੀ ਸਪੀਡ ਦੇ ਨਾਲ ਉੱਪਰ ਚੱਲ ਗਿਆ ਨਿਊ ਹਾਈ ਬਣ ਗਿਆ ਅਰਜנטיਨਾ ਦੇ ਵਿੱਚ ਜਿਹੜਾ ਨਵਾਂ ਪ੍ਰੈਜ਼ੀਡੈਂਟ ਬਣਿਆ ਜੀ ਉਹਦੇ ਕਰਕੇ ਥੋੜੇ ਜਿਹਾ ਅਰਜנטיਨਾ ਦੇ ਸਟਾਕ ਉੱਪਰ ਗਏ ਆ ਬਟ ਆਪਾਂ ਇਹ ਦੇਖਣਾ ਕਿ ਕੀ ਇਹਦੀ ਹਾਈਪ ਜੀ ਖਤਮ ਹੋ ਗਈ ਤੇ ਥੱਲੇ ਆਉਂਦਾ ਸੋ ਇੱਥੇ ਥੋੜਾ ਜਿਹਾ ਮਿਡ ਕੈਂਡਲ ਬ੍ਰੇਕਆਊਟ ਪੈਟਰਨ ਜਿਹਾ ਬਣਾ ਕੇ ਤੇ ਸਪੀਡ ਦੇ ਨਾਲ ਉੱਪਰ ਗਿਆ ਹੋਇਆ ਸੋ ਵਾਚ ਕਰਾਂ ਕੋਈ ਦਾ ਹੋਰ ਤੇ ਮੈਨੂੰ ਹਾਈ ਵਾਲਾ ਏਰੀਆ ਨਹੀਂ ਮਿਲ ਨਹੀਂ ਰਿਹਾ ਬਟ ਇਹੀ ਇੱਕ ਏਰੀਆ ਹੈਗਾ ਆ ਸੋ ਬਾਕੀ ਮੈਂ ਟੈਲੀਗ੍ਰਾਮ ਦੇ ਵਿੱਚ ਮਾਰਨਿੰਗ ਦੇ ਵਿੱਚ ਕੋਸ਼ਿਸ਼ ਕਰਦਾ ਹੁੰਨਾ ਕਿ ਇੱਕ ਦੋ ਸਟਾਕ ਵੀ ਸ਼ੇਅਰ ਕਰ ਦਿਆ ਕਰਾਂ ਮੋਸਟਲੀ ਉਹੀ ਹੁੰਦੇ ਆ ਬਾਏ ਕਰਨ ਵਾਲੇ ਨਹੀਂ ਸ਼ਾਰਟ ਕਰਨ ਵਾਲੇ ਕਿਉਂਕਿ ਜਿਹੜੇ ਬਾਏ ਕਰਨ ਵਾਲੇ ਸਟਾਕ ਹੁੰਦੇ ਨੇ ਖਾਸ ਕਰਕੇ ਛੋਟੇ ਸਟਾਕ ਉਹਨਾਂ ਦੇ ਵਿੱਚ ਹਾਈਪ ਬਣਦੀ ਉਹ ਪਤਾ ਨਹੀਂ ਕਦੋਂ ਖਤਮ ਹੋ ਜਾਣੀ ਹੁੰਦੀ ਆ ਸੋ ਰਿਸਕੀ ਹੁੰਦੇ ਆ ਸ਼ਾਰਟ ਕਰਨਾ ਉਹਨਾਂ ਨੂੰ ਥੋੜਾ ਜਿਹਾ ਇਸ ਤਰੀਕੇ ਨਾਲ ਸੇਫ ਹੁੰਦਾ ਜਿੱਦਾਂ ਹੁਣ ਆ ਦੇਖੋ 16 ਡਾਲਰ ਤੇ ਗਿਆ ਸੀ ਫਿਰ 16 ਡਾਲਰ ਤੇ ਆ ਥੱਲੇ ਡਿੱਗ ਗਿਆ ਥੋੜਾ ਜਿਹਾ ਸੇ ਤੇ ਵਧੀਆ ਸੇਫ ਸਾਈਡ ਤੇ ਮੂਵ ਹੋ ਜਾਣੀ ਚਲੋ 16 ਤੋਂ ਨਹੀਂ ਡਿੱਗਾ ਸੋ ਉਹਨਾਂ ਨੂੰ ਥੋੜਾ ਜਿਹਾ ਜੇ ਨਹੀਂ ਜਾ ਰ ਕਰ ਰਹੇ ਤੇ ਫਿਰ ਕੋਈ ਚੱਕਰ ਨਹੀਂ ਆ ਸੋ ਬਟ ਇਹ ਆ ਕਿ ਮੈਂ ਥੋੜੇ ਜਿਹਾ ਸ਼ਾਰਟ ਕਰਨ ਵਾਲੇ ਤਾਂ ਸ਼ੇਅਰ ਕਰਦਾ ਉਹਨਾਂ ਕਿ ਉਹਨਾਂ ਵਿੱਚ ਨਾ ਜਿਆਦਾ ਕੰਫੀਡੈਂਸ ਨਹੀਂ ਹੁੰਦਾ ਕਿ ਸ਼ਾਰਟ ਈਜ਼ੀ ਹੋ ਜਾਂਦਾ ਪਤਾ ਹੁੰਦਾ ਕਿ ਇਹਦੀ ਹਾਈਪ ਜੀ ਬਣੀ ਆ ਤੇ ਜਿਹੜੇ ਆ ਪੈਨੀ ਸਟਾਕ ਜਾਂ ਛੋਟੇ ਸਟਾਕ ਹੁੰਦਾ ਦੀ ਇਹਨਾਂ ਦੀ ਇੱਕ ਅੱਧਾ ਦਿਨ ਹਾਈਪ ਬਾਅਦ ਚ ਨਾ ਖਤਮ ਹੋ ਜਾਣਾ ਹੁੰਦਾ ਸੋ ਇਸ ਕਰਕੇ YPF ਨੂੰ ਵੀ ਵਾਚ ਕਰਾਂਗੇ ਜੀ ਆਪਾਂ ਨੈਕਸਟ ਵੀਕ ਦੇ ਵਿੱਚ ਕੀ ਕਰਦਾ ਆ ਸੋ ਬਾਕੀ ਗੁੱਡ ਲੱਕ ਜੀ ਟੇਕ ਕੇਅਰ ਤੇ ਧਿਆਨ ਦੇ ਨਾਲ ਨੈਕਸਟ ਵੀਕ ਦੇ ਵਿੱਚ ਟਰੇਡਿੰਗ ਕਰਨੀ ਹੈ ਜਿਹੜੇ ਆਪਸ਼ਨਲ ਟਰੇਡ ਕਰਦੇ ਆ ਖਾਸ ਕਰਕੇ ਸਪਾਈ ਤੇ QQQ ਦੇ ਵਿੱਚ ਕੋਈ ਅਗਰੈਸਿਵ ਪਲੇ ਨਹੀਂ ਕਰਨਾ ਮ제 ਦੇ ਨਾਲ ਜੇ ਮਾਰਕੀਟ ਸਲੋ ਚੱਲ ਰਹੀ ਹੈ ਤੇ ਉਹਦੇ ਹਿਸਾਬ ਨਾਲ ਆਪਣੀ ਸਪੀਡ ਵੀ ਤੁਸੀਂ ਐਡਜਸਟ ਕਰ ਲੈਣੀ ਆ ਥੋੜੇ ਕੌਂਟਰੈਕਟ ਕਰ ਲੱਗ ਜਾਓ ਘੱਟ ਟਰੇਡਾਂ ਕਰੋ ਜੇ ਮਾਰਕੀਟ ਸਪੀਡ ਚੱਕਦੀ ਹੈ ਤਾਂ ਪਤਾ ਲੱਗ ਜੀਣਾ ਆਪਾਂ ਨੂੰ ਕਿ ਸਪੀਡ ਦੇ ਵਿੱਚ ਆ ਫਿਰ ਤੁਸੀਂ ਥੋੜਾ ਜਿਹਾ ਅਗਰੈਸਿਵ ਪਲੇ ਕਰ ਸਕਦੇ ਆ ਸੋ ਜੇ ਕੋਈ ਕੁਐਸਚਨ ਹੋਇਆ ਤਾਂ ਇਹ ਇਸ ਵੀਡੀਓ ਦੇ ਕਮੈਂਟ ਦੇ ਵਿੱਚ ਵੀ ਪੁੱਛ ਸਕਦੇ ਹੋ ਤੇ ਜਾਂ ਟੈਲੀਗ੍ਰam ਦੇ ਗਰੁੱਪ ਦੇ ਵਿੱਚ ਪੁੱਛ ਲਿਓ ਤੇ ਬਾਕੀ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਕਰ ਲਿਓ ਟੇਕ ਕੇਅਰ ਬਾਏ ਬਾਏ ਗੁੱਡ ਨਾਈਟ ਮਿਲਦੇ ਹਾਂ ਜੀ ਕੱਲ ਨੂੰ ਮਾਰਨਿੰਗ ਲਾਈਵ ਟਰੇਡਿੰਗ ਦੇ ਉੱਪਰ